ਠੀਕ ਕੋਈ ਨਾ। ਹਾਂ ਬਈ ਕਿਵੇਂ ਆ? ਕੋਈ ਨਾ ਠੀਕ ਹੋ ਜਾਣਾ ਭੈਣੇ, ਉਹਨੇ ਆਪਾਂ ਦਵਾਈ ਦਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਤਾਂ ਖੂਨਦਾਨ ਕੈਂਪ ਲੱਗਿਆ ਹੋਇਆ, 4 ਜੂਨ 2024 ਦਾ ਦਿਨ ਮੰਗਲਵਾਰ, ਰਘੂਨਾਥ ਹਸਪੀਟਲ ਦੀ ਜਿਹੜੀ ਟੀਮ ਆ ਉਹ ਬਲੱਡ ਡੋਨੇਸ਼ਨ ਕੈਂਪ ਵਾਸਤੇ ਪਹੁੰਚੀ ਹੋਈ ਹੈ। ਦੀਪਕ ਹਸਪੀਟਲ ਦੀ ਟੀਮ ਆ ਜਿਹੜੀ ਉਹ ਬਲੱਡ ਡੋਨੇਸ਼ਨ ਕੈਂਪ ਵਾਸਤੇ ਪਹੁੰਚੀ ਹੋਈ ਆ, ਜਿਹਦੇ ਵਿੱਚ ਭੈਣ ਭਰਾਵਾਂ ਨੂੰ ਬੇਨਤੀ ਹੈ, ਵੀਰਾਂ ਨੂੰ, ਨੌਜਵਾਨਾਂ ਨੂੰ ਖੂਨਦਾਨ ਜ਼ਰੂਰ ਕਰੋ ਤਾਂ ਜੋ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ। ਅਤੇ ਅੱਜ ਦਾ ਦਿਨ ਵੀ ਸਪੈਸ਼ਲ ਆ, 4 ਜੂਨ ਦਾ ਦਿਨ ਪੰਜਾਬ ਵਾਸਤੇ ਕਿਸ ਤਰ੍ਹਾਂ ਦੀ ਮਹੱਤਤਾ ਰੱਖਦਾ ਆਪਾਂ ਸਾਰੇ ਜਾਣਦੇ ਹਾਂ ਵੀ ਕਿਵੇਂ ਅੱਜ ਦੇ ਦਿਨ ਸਾਡੇ ਗੁਰੂ ਦੇ ਘਰ ਉੱਪਰ ਹਮਲਾ ਹੋਇਆ ਸੀ। ਅਤੇ ਅੱਜ ਲੋਕਤੰਤਰ ਵੀ ਚੁਣਿਆ ਜਾ ਰਿਹਾ ਕਿ ਲੋਕਤੰਤਰ ਜੋ ਕਿ ਵੋਟ ਤੰਤਰ ਦੇ ਰੂਪ ਵਿੱਚ ਇਸ ਟਾਈਮ ਸਾਡੇ ਸਾਹਮਣੇ ਆ, ਆਪਾਂ ਦੇਖਦੇ ਹਾਂ ਇਲੈਕਸ਼ਨਾਂ ਦਾ ਰਿਜ਼ਲਟ ਕੀ ਹੋਣਾ ਕੀ ਨਹੀਂ ਹੋਣਾ। ਇੱਥੇ ਜਿਹੜਾ 5-6 ਹਜ਼ਾਰ 7 ਹਜ਼ਾਰ ਬੰਦਾ ਬੈਠਾ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਦੀਆਂ ਜ਼ਿੰਦਗੀਆਂ ਉਸੇ ਤਰ੍ਹਾਂ ਚੱਲਦੀਆਂ ਪਿੱਛੋਂ ਜਿਵੇਂ ਲੰਬੇ ਸਮੇਂ ਤੋਂ ਦੁੱਖ ਤਕਲੀਫਾਂ ਕੱਟਦੇ ਆ ਰਹੇ ਆ। ਕਿਸੇ ਸਰਕਾਰ ਨੇ, ਕਿਸੇ ਸਿਸਟਮ ਨੇ, ਕਿਸੇ ਨੇ ਆ ਕੇ ਬਾਂਹ ਨਹੀਂ ਫੜੀ। ਲੱਖਾਂ ਹੀ ਲੋਕ ਬਹੁਤ ਸਾਰੀਆਂ ਤਕਲੀਫਾਂ ਝੱਲ ਰਹੇ ਨੇ ਪਰ ਕੋਈ ਫਰਕ ਨਹੀਂ ਪੈਂਦਾ ਇਲੈਕਸ਼ਨਾਂ ਨਾਲ, ਜਿਹੜੇ ਕਿਸੇ ਲੀਡਰ ਦੀ ਚੋਣ ਹੋਣੀ ਆ, ਜਿਹਦੀ ਸਰਕਾਰ ਬਣਨੀ ਆ, ਕੋਈ ਫਰਕ ਨਹੀਂ ਕਿਸੇ। ਪਰ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਅਸੀਂ ਜਿੱਥੇ ਭਗਤ ਪੂਰਨ ਸਿੰਘ ਜੀ ਜਿਹੜੇ ਸੇਵਾ ਦੇ ਪੁੰਜ ਸੀ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਜਿੱਥੇ ਦਵਾਈਆਂ ਦੇ ਲੰਗਰ ਲੱਗੇ ਹੋਏ ਨੇ, ਹਰ 15 ਦਿਨਾਂ ਵਿੱਚ ਲੱਗਦੇ ਨੇ, ਉੱਥੇ ਅੱਜ ਰੁੱਖਾਂ ਦੇ ਲੰਗਰ ਵੀ ਚੱਲ ਰਹੇ ਨੇ। ਰੁੱਖਾਂ ਦੇ ਲੰਗਰ ਸਾਹਮਣੇ ਤੁਸੀਂ ਦੇਖਦੇ ਹੋ, ਸਾਡੇ ਟੀਮ ਦੇ ਮੈਂਬਰ ਹਰੇਕ ਜਿੰਨੇ ਵੀ ਪੇਸ਼ੈਂਟ ਇੱਥੇ ਆਏ ਨੇ, ਪਿਛਲੇ ਕੈਂਪ 'ਚ 2500 ਤੋਂ ਵੱਧ ਸੀਗੇ, ਐਕਟਿਵ ਉਮੀਦ ਆ 2500 ਤੋਂ ਪਲੱਸ ਮੈਂਬਰ ਆਉਣਗੇ। ਹਰੇਕ ਮਰੀਜ਼ ਨੂੰ, ਚਾਹੇ ਉਹ ਬੱਚਾ, ਚਾਹੇ ਬਜ਼ੁਰਗ ਆ, ਚਾਹੇ ਭੈਣ ਆ, ਚਾਹੇ ਵੀਰ ਆ, ਉਹਨਾਂ ਨੂੰ ਅਸੀਂ ਇੱਕ ਇੱਕ ਪੌਦਾ ਦੇ ਰਹੇ ਹਾਂ ਤਾਂ ਜੋ ਉਸ ਪੌਦੇ ਨੂੰ ਆਪਣੇ ਪਿੰਡ, ਆਪਣੇ ਘਰ, ਆਪਣੇ ਇਲਾਕੇ ਦੇ ਵਿੱਚ ਉਹਨੂੰ ਲਗਾਉਣ ਅਤੇ ਉਹਨੂੰ ਪਾਲਣ ਤਾਂ ਜੋ ਧਰਤੀ ਨੂੰ ਵੀ ਹਰਿਆ ਭਰਿਆ ਕਰ ਸਕੇ। ਇਹ ਮਨੁੱਖਤਾ ਦੀ ਸੇਵਾ, ਪਰਿਵਾਰ ਦੇ ਸੁਪਨਿਆਂ ਦੇ ਘਰ ਦੀ ਮੁਹਿੰਮ, ਰੁੱਖ ਲਗਾਓ ਭਵਿੱਖ ਬਚਾਓ ਦੇ ਨਾਂ ਤੇ ਪਿਛਲੇ 6 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਤੇ ਅੱਜ ਬਹੁਤ ਸਾਰੇ ਵੀਰ ਸਾਡੇ ਨੌਜਵਾਨ ਵਲੰਟੀਅਰ ਲਈ ਸੇਵਾ ਕਰਾ ਰਹੇ ਨੇ, ਭੈਣਾਂ ਸਾਡੀਆਂ, ਬੱਚੇ ਬੱਚੀਆਂ, ਪਰ ਜਿੱਥੇ ਆਪਣੇ ਦੁੱਖ ਤਕਲੀਫਾਂ ਲੈ ਕੇ ਆਏ ਨੇ ਭੈਣ ਭਰਾ, ਉੱਥੇ ਸੇਵਾਵਾਂ ਵੀ ਬਹੁਤ ਸਾਰੀਆਂ ਭੈਣਾਂ ਬੀਬੀਆਂ ਤੇ ਵੀਰ ਬਾਪੂ ਬਜ਼ੁਰਗ
ਤੇ ਨੌਜਵਾਨ ਵੀਰ ਕਰਾਉਂਦੇ ਨੇ। ਸਵੇਰੇ ਵੀ ਲਾਈਵ ਹੋਏ ਸੀਗੇ, ਪੇਸ਼ੈਂਟਸ ਦੇ ਚੈੱਕਅਪ ਸਾਰਿਆਂ ਦੇ ਹੋ ਗਏ ਆ, ਲਗਭਗ ਲਾਈਨਾਂ ਲੱਗੀਆਂ, ਥੋੜੇ ਬਹੁਤੇ ਰਹਿ ਗਏ ਆ। ਹੁਣ ਦਵਾਈਆਂ ਲੈਣ ਵਾਸਤੇ ਇੱਥੇ ਲਾਈਨਾਂ ਲੱਗ ਰਹੀਆਂ। ਹੁਣ ਮੈਡੀਸਨ ਵੀ ਇੱਥੇ ਜਿਵੇਂ ਜਿਵੇਂ ਪੈਕ ਹੋਈ ਜਾਂਦੀ ਆ, ਉਵੇਂ ਉਵੇਂ ਸਾਰਿਆਂ ਨੂੰ ਨਾਲ ਦੀ ਨਾਲ ਵੰਡੀ ਜਾਣੀ। ਤੇ ਇੱਥੇ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਜਿੰਨੇ ਵੀ ਮੈਂਬਰ ਆਏ ਨੇ, ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ, ਤਰੱਕੀਆਂ ਬਖਸ਼ਣ। ਬਾਈ ਹੁਣੀ ਬਲੱਡ ਡੋਨੇਟ ਕਰ ਰਹੇ ਨੇ, ਇਹ ਨੌਜਵਾਨ ਵੀਰ ਸਾਡੇ ਖੂਨਦਾਨ ਕਰ ਰਹੇ ਨੇ, ਇਹਨਾਂ ਦਾ ਵੀ ਬਹੁਤ ਧੰਨਵਾਦ ਆ ਤਹਿ ਦਿਲੋਂ। ਇੱਧਰਲੇ ਪਾਸੇ ਦੀਪਕ ਹੋਸਪਿਟਲ ਦੀ ਟੀਮ ਬੈਠੀ ਆ, ਜਿਹੜੇ ਖੂਨਦਾਨ ਕਰਵਾਉਣ ਦੇ ਵਿੱਚ ਹਰ ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕਰਦੇ ਆ, ਮਹੀਨੇ ਦੋ ਮਹੀਨੇ ਤਿੰਨ ਮਹੀਨੇ ਤੁਰੰਤ ਪਹੁੰਚਦੇ ਆ। ਹਾਂਜੀ ਵੀਰੇ, ਕੀ ਕਹਿੰਦੇ? ਠੀਕ ਹੈ, ਬਸ ਮਿਲਦੇ ਹੀ ਦੋ ਕੁ ਮਿੰਟ ਮੈਂ ਆ ਗਿਆ ਰੌਣ ਲੱਗ। ਤੇ ਅੱਜ ਇਹਨਾਂ ਰੁੱਖਾਂ ਦੇ ਜਿਹੜੇ ਲੰਗਰ ਲੱਗੇ ਹੋਏ ਨੇ, ਇਹ ਵੀਰੇ ਹੁਣੀ ਦਵਾਈਆਂ ਜਿਹੜੀਆਂ ਸੰਗਤ ਸਾਨੂੰ ਵਾਪਸ ਕਰ ਜਾਂਦੀ ਹੈ, ਦਵਾਈਆਂ ਉਹਨਾਂ ਨੂੰ ਸ਼ਾਰਟਲਿਸਟ ਕਰ ਰਹੇ ਨੇ ਤਾਂ ਜੋ ਦੁਬਾਰਾ ਫੇਰ ਦਵਾਈਆਂ ਦੇ ਲੰਗਰ ਲੱਗ ਸਕਣ ਤੇ ਉਹਦੇ ਵਿੱਚ ਦਵਾਈ ਵਰਤਾਈ ਜਾ ਸਕੇ। ਇਹਦੇ ਹੀ ਭੈਣ ਨੂੰ ਦੋ ਦਰਖਤ ਆ ਦੇਖੋ ਦਿੱਤੇ ਗਏ ਨੇ, ਇਹ ਘਰੇ ਲਿਜਾ ਕੇ ਆਪਣੇ ਦਰਖਤ ਲਾਊਗੀ ਭੈਣ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਖਾਇਆ ਕਰ ਬਾਈ ਦਵਾਈ। ਅੱਛਾ ਖਾਲਸਾ ਜੀ, ਦਵਾਈ ਦਵਾਈ ਜ਼ਰੂਰ ਖਾਣੀ ਹੈ। ਵਾਹਿ ਖਾਲਸਾ, ਵਾਹਿ ਫਤਿਹ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕੋਈ ਨਾ ਭੈਣੇ, ਕਰਾ ਲੈਂਦੇ ਹਾਂ, ਰੁਕਦੇ ਆਪਾਂ। ਇੱਧਰ ਇੱਕ ਤਾਂ ਸਾਡੇ 15ਵੀਂ ਨੈਸ਼ਨਲ ਜੂਨੀਅਰ ਫੀਸਟਬਾਲ ਹੋ ਰਹੀ ਆ, ਅੰਡਰ 80 ਚੈਂਪੀਅਨਸ਼ਿਪ ਹੋਣ ਜਾ ਰਹੀ ਆ 7, 8 ਤੇ 9 ਨੂੰ ਸੁਪਨਿਆਂ ਦੇ ਘਰ। ਸਤਿ ਸ੍ਰੀ ਅਕਾਲ ਮਾਂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭੈਣ, ਸਤਿ ਸ੍ਰੀ ਅਕਾਲ। ਇੱਧਰ ਵੀ ਆ ਜਾ, ਇਹ ਹੋ ਜਾਣਾ ਭੈਣੇ, ਹੋ ਜਾਣਾ। ਕਿਵੇਂ ਹਰਜੀਤ ਸਿੰਘ? ਇਹ ਬੂਟੇ ਆ ਜਿਹੜੇ ਇੱਥੇ ਵੰਡੇ ਜਾ ਰਹੇ ਆ, ਦੇਖੋ ਸਾਡੇ ਟੀਮ ਮੈਂਬਰ ਜਿਹੜੇ ਦਰਖਤ ਦੇ ਥੱਲੇ ਬੈਠ ਕੇ ਵੰਡ ਰਹੇ ਆ ਨਾ, ਇਹ ਪਿਛਲੇ ਸਾਲ ਲਾਈ ਸੀ ਡੇਕ। ਸਤਿ ਸ੍ਰੀ ਅਕਾਲ ਬਾਈ। ਤੇ ਐਗਤੀ ਇੱਕ ਸਾਲ ਦੇ ਵਿੱਚ ਹੀ ਇਹਦੇ ਥੱਲੇ ਬੈਠ ਕੇ ਮਾੜਾ ਜਿਹਾ ਆਸਰਾ ਹੋ ਗਿਆ ਸ਼ਾਨ। ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ। ਇੱਥੇ ਇਹ ਬੂਟੇ ਆ ਜਿਹੜੇ ਇਹ ਵੰਡੇ ਜਾ ਰਹੇ ਆ, ਇਹ ਅਸੀਂ ਧੰਨਵਾਦ ਕਰਦੇ ਆ ਸਵਰਨ ਸਿੰਘ ਜੀ DFO ਸਾਹਿਬ ਬਠਿੰਡੇ ਤੋਂ, ਉਹਨਾਂ ਨੇ ਇਹ ਬੂਟੇ ਸਾਡੇ ਤੀਕਰ ਪਹੁੰਚਦੇ ਕੀਤੇ ਆ, ਜਿਹਦੇ ਵਿੱਚ ਟਾਹਲੀਆਂ ਵਾ, ਬੋਤਲ ਬੁਰਸ਼ ਆ, ਡੇਕਾਂ ਵਾ, ਤੇ ਨਿੰਮਾ, ਤੇ ਇੱਕ ਆ ਕਿਹੜਾ ਕਹਿ ਨਸੂੜਾ, ਜਿਹੜਾ ਕਿ ਕਿਤੇ ਨਾ ਕਿਤੇ ਪੰਜਾਬ ਚੋਂ ਗਾਇਬ ਹੀ ਹੋ ਗਿਆ ਸੀ ਨਸੂੜਾ।
ਨਸੂੜੇ ਤੋਂ ਕਿੰਨੀਆਂ ਦਵਾਈਆਂ ਬਣਦੀਆਂ, ਨਸੂੜੇ ਦੀਆਂ ਗਟੋਲਾਂ ਜਿਹੀਆਂ ਕਿੰਨੀਆਂ ਖਾਣ ਨੂੰ ਸਵਾਦ ਹੁੰਦੀਆਂ ਗੂੰਦ ਵਾਲੀਆਂ, ਉਹ ਖਤਮ ਹੀ ਹੋ ਗਈਆਂ ਸੀ ਤੇ ਹੁਣ ਇਹ ਨਸੂੜਾ ਵੰਡਿਆ ਜਾ ਰਿਹਾ। ਹੁਣ ਹਰੇਕ ਪੇਸ਼ੈਂਟ ਜਿਹੜਾ ਕਾਰਡ ਲੈ ਕੇ ਆਇਆ, ਮਰੀਜ਼ ਲੈ ਕੇ ਆਇਆ ਹੋਇਆ ਆਪਣੇ ਨਾਲ, ਉਹਨਾਂ ਨੂੰ ਕਾਰਡ ਦੇਖ ਕੇ ਉਹਨਾਂ ਨੂੰ ਨਾਲ ਦੀ ਨਾਲ ਇਹ ਪੌਦੇ ਵੰਡੇ ਜਾ ਰਹੇ ਆ ਤੇ ਇਹਨਾਂ ਪੌਦਿਆਂ ਦੇ ਵਿੱਚੋਂ ਇੱਕ ਵੀ ਪੌਦਾ ਆਇਆ ਨੀ ਸਫਲ ਹੋ ਜਾਵੇ ਨਾ ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਤੇ ਅਸੀਂ ਇੱਥੇ ਅੱਜ ਕਰੀਬ 2500 ਦੇ ਆਸ ਪਾਸ ਪੌਦੇ ਵੰਡਾਂਗੇ ਤੇ ਉਹਨਾਂ ਦੇ ਵਿੱਚੋਂ ਤਾਂ ਅਸੀਂ ਉਮੀਦ ਕਰਦੇ ਹਾਂ 2525 ਪੂਰੇ ਹੀ ਪੌਦਿਆਂ ਨੂੰ ਸੰਗਤ ਪਾਲੇ, ਉਹਨਾਂ ਨੂੰ ਸੰਭਾਲੇ ਤੇ ਉਹਨਾਂ ਦੀ ਪਰਵਰਿਸ਼ ਕਰੇ ਜਿਵੇਂ ਅਸੀਂ ਆਪਣੇ ਬੱਚਿਆਂ ਦੀ ਕਰਦੇ ਹਾਂ। ਉਹ ਦੇਖੋ ਸਾਹਮਣੇ ਭੈਣ ਬੈਗ ਦੇ ਵਿੱਚ ਪਾ ਕੇ ਬੂਟੇ ਲੈ ਕੇ ਜਾ ਰਹੀ ਆ, ਦੋਨੇ ਮਾਵਾਂ ਧੀਆਂ ਦਵਾਈ ਲੈਣ ਆਉਂਦੀਆਂ ਇੱਥੇ ਭੈਣਾਂ, ਜਿਵੇਂ ਆਹ ਨੌਜਵਾਨ ਵੀਰ ਖੜੇ ਨੇ ਹੱਥ 'ਚ ਪੌਦਾ ਫੜਿਆ ਹੋਇਆ, ਇਹਨਾਂ ਨੇ ਇਹ ਪੌਦੇ ਆ ਜਿਹੜੇ ਇਹ ਆਪੋ ਆਪਣੇ ਪਿੰਡਾਂ ਨੂੰ ਆਪੋ ਆਪਣੇ ਘਰਾਂ ਨੂੰ ਲੈ ਕੇ ਜਾਣੇ ਆ। ਸਾਡੇ ਸਰਪੰਚ ਸਾਹਿਬ ਹੋਣੀ, ਨੀਰਜ ਹੋਣੀ, ਸ਼ੀਸ਼ ਹੋਣੀ ਪਹੁੰਚ ਗਏ ਨੇ, ਇਹ ਰੱਬ ਆ ਗਿਆ ਸਾਡਾ, ਰੱਬਾ ਕਿਵੇਂ ਆ, ਤੇ ਬਾਪੂ ਗੋਪਾਲ ਆ ਗਿਆ ਤੇ ਅਸੀਂ ਇੱਕ ਇੱਕ ਪੌਦਾ ਸਾਰਿਆਂ ਨੂੰ ਦੇ ਦਿਓ, ਇੱਥੇ ਆ ਜਾਓ, ਅੱਗੇ ਇੱਥੇ ਆ ਜਾਓ ਸਰਪੰਚ, ਇੱਥੇ ਆ ਜਾਓ ਸਰਪੰਚ, ਹਾਂਜੀ ਭੈਣੇ, ਕੋਈ ਨਾ ਮਹਾਰਾਜ ਮਿਹਰ ਕਰਨਗੇ, ਕੋਈ ਨਾ ਤਾਂ ਜਾ ਪੁੱਤ ਖੜ ਜਾ, ਇਧਰ ਮੂੰਹ ਕਰ ਲਈ, ਵੀਰੇ ਥੱਲੇ 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 ਰੁਕੋ ਥੱਲੇ ਰੁਕੋ, ਹਾਂ ਕੋਈ ਨਾ ਮੈਂ ਦਿੰਦਾ ਬੂਟਾ, ਦਿੰਦਾ ਮੈਂ ਦਿੰਦਾ, ਆ ਸਰਪੰਚ ਇੱਧਰ ਦਿਓ ਬੂਟਾ ਵੀਰੇ ਨੂੰ, ਆ ਵੀਰੇ ਨੂੰ ਦੇ ਦੇ, ਹਾਂ ਪਤਾ ਮੈਨੂੰ, ਬੂਟਾ ਲਾਓਗੇ ਘਰੇ ਜਾ ਕੇ, ਇੱਕ ਬੂਟਾ ਦੇਣਾ ਤੁਹਾਨੂੰ ਲਾਓਗੇ, ਭੈਣੇ ਛੱਡ ਦੇ ਛੱਡ ਦੇ ਭੈਣ, ਆ ਫੜਿਓ ਭੈਣ ਨੂੰ, ਇਹਦੇ ਨਾਲ ਕੌਣ ਆ ਭੈਣ ਦੇ, ਚੰਗਾ ਨਹੀਂ ਦਿੰਦੇ, ਚੰਗਾ ਨਹੀਂ ਦਿੰਦੇ, ਚੰਗਾ ਨਹੀਂ ਦਿੰਦੇ, ਦਿੰਦੇ ਭੈਣੇ ਦਿੰਦੇ, ਆ ਭੈਣ ਨੂੰ ਪਰੇ ਕਰੋ ਜੀ, ਇਹਨਾਂ ਦੇ ਨਾਲ ਕੌਣ ਆ, ਆ ਲੈ ਬਾਪੂ ਟਾਲੀ ਲੈਣੀ, ਆ ਬਾਪੂ ਟਾਲੀ ਦੇ ਦੇ ਇੱਧਰ, ਇਹਨੂੰ ਟਾਲੀ ਦੇ ਦੇ, ਆ ਲੈ ਵੀਰੇ ਨਿੰਮ ਲੈ ਲਈ ਦੇਖ, ਆ ਸਰਪੰਚ ਸਾਹਿਬ ਆ ਫੜੋ ਭੈਣ, ਵੀਰੇ ਇੱਕ ਪੌਦਾ ਲਓ ਵੀਰੇ ਤੋਂ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਇਹ ਦਿਓ ਨਿੰਮ, ਆ ਨਿੰਮ ਦੇ ਦੇ ਭੈਣ, ਆ ਸਰਪੰਚ ਟਾਲੀ ਫੜ, ਆ ਲਿਓ ਟਾਲੀ ਇੱਧਰ, ਇੱਧਰ ਨੂੰ ਘੁੰਮ, ਦਿੰਦੇ ਭੈਣੇ, ਆ ਟਾਲੀ ਕਿਹਨਾਂ ਨੂੰ ਚਾਹੀਦੀ, ਟਾਲੀ ਆ ਟਾਲੀ ਬੇਬੇ ਨੂੰ, ਨੀਰਜ ਆ ਦੇ ਦੇ ਭੈਣ ਨੂੰ ਬੂਟਾ, ਇਸ ਤਰ੍ਹਾਂ ਅਸੀਂ ਇਹਨਾਂ ਬੂਟਿਆਂ ਦੀ ਜਿਹੜੀ ਸੇਵਾ, ਆ ਨਸੂੜਾ ਦੇ ਰਿਹਾ ਵਾ ਅਸ਼ੀਸ ਸਾਡਾ, ਇਹਨਾਂ ਸਾਰੇ ਬੱਚਿਆਂ ਬਜ਼ੁਰਗਾਂ ਦੇ ਹੱਥੋਂ ਵੀ ਅਸੀਂ ਪੌਦੇ ਲਗਾਏ ਗਏ ਆ, ਆ ਵੀਰੇ ਇੱਧਰ ਦੇ ਅਸ਼ੀਸ, ਇੱਧਰ ਦੇ ਦੇ ਵੀਰੇ, ਆ ਲੈ ਟਾਲੀ ਬੇਬੇ ਫੜੋ ਟਾਲੀ ਦਾ ਬੂਟਾ, ਨਿੰਮ ਨਿੰਮ ਕਿਹਨੇ ਲੈਣੇ ਭਾਈ, ਨਿੰਮ ਲੈ ਨਿੰਮ, ਦੋਨੇ ਹੱਥਾਂ ਨਾਲ ਫੜੋ,
ਵੀਰੇ ਕਿਹੜੇ ਲਿਫਾਫੇ ਮੰਗਾ ਲਓ ਛੋਟੇ ਅੰਦਰ, ਜਿਹਨਾਂ ਲਿਫਾਫੇ ਫਟੇ ਹੋਏ ਡਬਲ ਕਰਕੇ ਦਿਓ, ਇਹ ਨਾ ਹੋਵੇ ਰਾਹ ਜਾਂਦਿਆਂ ਦੀ ਮਿੱਟੀ ਨਿਕਲ ਜਾਵੇ। ਹੈਲੋ ਵੀਰੇ, ਨਿੰਮ ਲੈ ਵੀਰੇ, ਸਰਪੰਚ ਫੜਾ ਤੂੰ ਦੇ, ਹਾਂ ਆਹ ਫੜ ਲੈ ਵੀਰੇ ਤੂੰ, ਆਹ ਫੜ, ਉਹ ਲਿਓ ਭੈਣ ਨੂੰ ਦੇ ਦੇ, ਉੱਧਰ ਫੜਾ ਦੇ, ਸਰਪੰਚ ਇੱਕ ਬੂਟਾ ਹੋਰ ਦੇ ਦੇ ਭੈਣ ਨੂੰ, ਟਾਲੀ ਦੇ, ਟਾਲੀ ਆ ਮਾਤਾ ਨੂੰ ਦੇ ਦੇ, ਇੱਕ ਨਿੰਮ ਦਿਓ ਇੱਧਰ, ਆ ਨਿੰਮ ਫੜਾ ਭੈਣ ਨੂੰ, ਹਲੇ ਫੜਦਾ। ਇਸ ਤਰ੍ਹਾਂ ਅੱਜ ਆ ਜਾਓ ਅਸ਼ਵਿਨ ਭਾਈ ਜੀ, ਆ ਜਾਓ ਤੁਸੀਂ, ਆ ਜਾਓ, ਆਇਆ ਪ੍ਰਿੰਕਾ ਭਾਈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਾਲੀ ਕਿੱਥੇ ਆ? ਮਾਲੀ, ਮਾਲੀ ਨੂੰ ਬੁਲਾਓ ਭਾਈ, ਉਹ ਟੋਆ ਪੱਟੀ ਜਾਂਦਾ ਜੀ, ਆਇਓ ਲਿਆਓ ਉੱਥੋਂ ਬੂਟਾ, ਇੱਕ ਡੇਕ, ਹਾਂ ਇੱਕ ਡੇਕ ਦਿਓ, ਡੇਕ ਆ ਫੜ ਕੇ ਪ੍ਰਿੰਕਾ, ਚੱਲ ਚੱਲੀਏ ਉਧਰ, ਚਲੋ ਵਿਨੋਦ, ਉਹ ਸਾਹਮਣੇ ਬੂਟਾ ਲਾਉਣਾ, ਹਾਂ ਡੇਕ ਹੀ ਲਾਉਣੀ ਹੈ। ਥੱਲੇ ਤੋਂ ਉਤਰਨ ਦੇ ਪੈਣੇ, ਜਿਹੜੇ ਟੈਸਟ ਨਾ ਭੈਣੇ 4 ਵਜੇ ਤੋਂ ਬਾਅਦ ਦੇਖੇ ਜਾਣਗੇ, ਰੁਕ ਜਾ ਥੋੜਾ ਟਾਈਮ, ਸ਼ਾਮ ਬਹਿ ਜਾਓ ਕਿਤੇ, ਆਪਾਂ ਕਰਦੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮੈਂ ਖਾਲਸਾ। ਕੋਈ ਨਾ, ਆਪਾਂ ਸਪੈਸ਼ਲ ਟੀਚਰ ਦਾ ਇੰਤਜ਼ਾਮ ਕਰ ਰਹੇ, ਤੁਸੀਂ ਥੋੜਾ ਟਾਈਮ ਰੁਕ ਕੇ ਮਿਲਿਓ ਮੈਨੂੰ, ਥੋੜਾ ਕਿ ਰੁਕ, ਆਹ ਕੰਮ ਕਰ ਲਈਏ, ਹਾਂ ਮਿਲ ਲਿਆ, ਮੈਂ ਦੇਖ ਲਿਆ, ਦੇਖ ਲਿਆ, ਦੇਖ ਲਿਆ, ਮੈਂ ਦੇਖ ਲਿਆ, ਚਾਚਾ ਜੀ ਅਜੇ ਘਰੇ ਹੀ ਆ, ਸੇਵਾ ਕਰ ਰਹੇ ਇਹਨਾਂ ਦੀ, ਹਾਂਜੀ ਹਾਂਜੀ, ਬਸ ਇਵੇਂ 1 ਸਾਲ ਹੋ ਗਿਆ ਨਾ। ਠੀਕ ਹੈ ਵੀਰੇ, ਤੁਸੀਂ ਜਾਂ ਤਾਂ ਵੀਡੀਓ ਸਾਨੂੰ ਵਟਸਐਪ ਕਰ ਦਿਓ, ਆ ਨੰਬਰ ਦੇ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਭਾਈ, ਦੱਸਿਆ ਠੀਕ ਆ ਬਾਪੂ, ਸਤਿ ਸ਼੍ਰੀ ਅਕਾਲ ਤਕਣਾ, ਚਲੋ ਵਾਹਿਗੁਰੂ ਮਿਹਰ ਕਰਨ, ਬਾਪੂ ਤਕਣਾ ਕਾ ਖੰਡਾ, ਗਰਮੀ ਤੋਂ ਬਚਾਓ, ਉੱਥੇ ਅੰਦਰ ਲੈ ਚਲੋ, ਚਲੋ ਕਿਆ ਕਰਾਉਣੇ, ਤੁਸੀਂ ਬੂਟੇ ਲੈ ਲੇ, ਸਤਿ ਸ਼੍ਰੀ ਅਕਾਲ, ਮੈਂ ਆ ਕੇ ਜਾਊਂਗਾ, ਮੇਰੇ ਧਿਆਨ ਚ, ਮੈਂ ਆਊਂਗਾ, ਆਊਂਗਾ, ਬਸ ਹੁਣ ਗਰਮੀ ਥੋੜੀ ਘੱਟ ਲੈਣ ਦੋ, ਫਿਰ ਆਊਂਗਾ। ਠੀਕ ਆ, ਤਕੜੇ ਹੋ ਜਾਓ, ਤੰਦਰੁਸਤ ਹੋ ਜਾਓ, ਫਿਰ ਸੇਵਾ ਕਰਾਉਣਾ ਆਇਆ ਕਰਨਾ, ਸਤਿ ਸ਼੍ਰੀ ਅਕਾਲ ਵੀਰੇ, ਆ ਜਾ ਵਕਤ ਉਹਦੇ, ਅੱਜ ਬੁੱਟਰ, ਸਤਿ ਸ਼੍ਰੀ ਅਕਾਲ ਵੀਰੇ, ਠੀਕ ਆ, ਆ ਵੀ ਉਹਨਾਂ ਤੋਂ ਫੋਨ ਫੜਿਓ ਕਾਕਾ, ਆ ਇੱਕ ਬੂਟਾ ਲਾਉਣਾ ਇੱਥੇ, ਆ ਜਾਓ, ਆ ਜਾਓ, ਆ ਜਾਓ, ਆ ਜਾਓ, ਆ ਜਾਓ, ਆ ਜਾਓ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ, ਹੋਰ ਥੋੜਾ ਖੁੱਲਾ ਕਰ, ਥੋੜਾ ਖੁੱਲਾ ਕਰ ਲਾ, ਹੋ ਪ੍ਰਿੰਕਾ ਭੈਣੇ ਆ ਜਾਓ, ਬਾਈ ਜੀ ਕਿੱਥੇ ਨੇ ਆ ਗਏ ਸੀ? ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਖ ਅਜੂਨੀ ਸਾਹਿਬ ਗੁਰਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ।
ਪਾਣੀ ਦੀ ਬਾਲਟੀ ਦਿਓ। ਲਿਆ ਲਿਆ ਪਾਣੀ। ਇੱਕ ਮਿੰਟ ਇੱਧਰ ਦੇ ਦਿਓ ਪ੍ਰਿੰਕਾ, ਪ੍ਰਿੰਕਾ ਪਾ ਪਾਣੀ ਡੱਬੇ ਨਾਲ ਬਾਲੇ। ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਅਜੂਨੀ ਸਹਿਬਾਨ ਪ੍ਰਸ਼ਾਦ ਨਾਨਕ ਵਸੇ ਪੀ ਸੱਚ। ਇਹ ਪ੍ਰਿੰਕਾ ਭੈਣ ਦੇ ਜਨਮ ਦਿਨ ਨੂੰ ਤੇ ਇਹਨਾਂ ਦੀ ਬੇਟੀ ਦੇ ਮੀਰਾ ਦੇ ਜਨਮ ਦਿਨ ਨੂੰ ਮਾਤਾ ਦੇ ਸਮਰਪਿਤ ਅਸੀਂ ਸੋਚਿਆ ਸੀਗਾ ਵੀ ਇਹ ਬੂਟਿਆਂ ਦੀ ਸੇਵਾ ਕਰਨੀ ਆ ਵੀ ਇਹਨਾਂ ਦੇ ਹੱਥੋਂ ਅੱਗੇ ਵੀ ਅਸੀਂ ਲਵਾਉਂਦੇ ਆ ਹਰ ਸਾਲ ਬੱਚਿਆਂ ਦੇ ਹੱਥੋਂ ਜਿੰਨੇ ਕੁ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਸੰਬੰਧਿਤ ਪਰਿਵਾਰਕ ਮੈਂਬਰ ਨੇ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਆ ਵੀ ਇਹ ਰੁੱਖ ਆ ਜਿਹੜੇ ਤੇ ਵੱਧ ਤੋਂ ਵੱਧ ਗਿਣਤੀ ਚ ਲਗਾਏ ਜਾਣ। ਇਸ ਵਾਰ ਵੀ ਅਸੀਂ ਉਸੇ ਉਪਰਾਲੇ ਦੇ ਤਹਿਤ ਇਹ ਡੇਕਾਂ ਦਾ ਇਹ ਬਕੈਣਾ ਦੇ ਦਰਖਤ ਲਾਏ ਆ ਕਿਉਂਕਿ ਜਿਹੜੀ ਇਹ ਸਾਡੀ ਸੜਕ ਆ ਸਾਹਮਣੇ ਆਉਂਦੀ ਇਹ ਸੜਕ ਸਿੱਧੀ ਅੱਗੇ ਆਉਣੀ ਹੈ ਇੱਥੋਂ ਤੇ ਇਹ ਸੜਕ ਦੇ ਕੰਢੇ ਤੇ ਦਰਖਤ ਆ ਜਿਹੜੇ ਇਹ ਉਸ ਹਿਸਾਬ ਨਾਲ ਲਗਾ ਰਹੇ ਆ ਜਿਹੜੇ ਆਉਣ ਵਾਲੇ ਸਮੇਂ ਚ ਵੀ ਵੱਡੇ ਦਰਖਤ ਬਣਨ ਤੇ ਸੰਗਤ ਨੂੰ ਤੇ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰਾਂ ਨੂੰ ਛਾਂ ਦੇਣ। ਡੇਕਾਂ ਇਸ ਤਰ੍ਹਾਂ ਦੇ ਦਰਖਤ ਨੇ ਜਿਹੜੇ ਬਹੁਤ ਛੇਤੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਜ਼ਰੂਰ ਵੱਧ ਤੋਂ ਵੱਧ ਗਿਣਤੀ 'ਚ ਆਪਾਂ ਲਾਈਏ ਤੇ ਆਪਾਂ ਅੱਜ ਇੰਨੀ ਗਰਮੀ ਇੰਨੀ ਧੁੱਪ ਆ ਸਾਡੇ ਬੱਚਿਆਂ ਤੋਂ ਸਹਿਣ ਨਹੀਂ ਹੁੰਦੀ ਤੇ ਉਹਨੂੰ ਜੇ ਆਪਾਂ ਵਾਤਾਵਰਨ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਇੱਕੋ ਇੱਕ ਹੱਲ ਆ ਵੀ ਅਸੀਂ ਵੱਧ ਤੋਂ ਵੱਧ ਦਰਖਤ ਲਾਈਏ, ਵੱਧ ਤੋਂ ਵੱਧ ਟ੍ਰੀ ਲਾਈਏ, ਵੱਧ ਤੋਂ ਵੱਧ ਪੇੜ ਲਾਈਏ। ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸ਼ੁਕਰੀਆ, ਵਾਹਿਗੁਰੂ ਮਿਹਰ ਕਰੇ, ਵਾਸ਼ਾ ਜਿਉਂਦੇ ਰਹੋ ਪੁੱਤ ਜਿਉਂਦੇ ਰਹੋ। ਹਾਂਜੀ ਹਾਂਜੀ ਕੋਈ ਨਾ, ਦੱਸੋ ਦੱਸੋ ਦੱਸੋ। ਠੀਕ ਹੈ ਮੈਂ ਠੀਕ, ਹਾਂਜੀ ਕੀ ਕਹਿੰਦੇ ਤੁਸੀਂ? ਛੋੜਾ ਪਰਾ ਲਿਆ ਰੁੱਖਾਂ ਵਾਲਾ ਗਾਣਾ ਕੀਤਾ ਸੀ। ਅੱਛਾ ਜੀ, ਤੇ ਗਾਣੇ ਗਾਉਣਾ ਬਾਈ? ਹਾਂਜੀ ਹਾਂਜੀ, ਨਹੀਂ ਰੁੱਖਾਂ ਦੇ ਕੀਤਾ ਸੀ ਉਹਦਾ ਮੈਂ ਨਵਾਂ ਦੁਬਾਰਾ ਕਰ। ਆ ਜਾਓ ਸ਼ਾਮੇ ਨੂੰ, ਆ ਜਾਓ ਭੈਣੇ, ਆ ਜਾਓ ਸ਼ਾਮੇ ਨੂੰ, ਆ ਜਾਓ। ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ। ਮਹਾਰਾਜ ਮਿਹਰ ਕਰੇ ਸੱਚੇ ਪਾਤਸ਼ਾਹ, ਤੁਸੀਂ ਸਹੀ ਥਾਂ ਤੇ ਲਾਉਣਾ ਜਾ ਕੇ, ਇਹ ਚੰਗੀ ਥਾਂ ਤੇ ਵੀਰੇ। ਆ ਜਾਓ 4 ਵਜੇ ਤੋਂ ਬਾਅਦ, 4 ਵਜੇ ਤੋਂ ਬਾਅਦ ਮੈਡਮ ਬੈਠ ਜਾਓ ਸ਼ਾਮੇ। ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ। ਹਾਂ 4 ਵਜੇ ਤੋਂ ਬਾਅਦ। ਕੌਣ ਆ ਗਿਆ? ਹਾਂ ਮਿਲਦੇ ਮਿਲਦੇ ਮਿਲਦੇ, ਸਾਰਿਆਂ ਨੂੰ ਮਿਲਾਂਗੇ, ਥੋੜਾ ਰੁਕੋ। ਸਤਿ ਸ੍ਰੀ ਅਕਾਲ, ਕਿੱਥੋਂ ਆਏ ਆ ਮਰੀਜ਼? ਕੋਈ ਨਾ, ਕਰਦੇ ਆ ਗੱਲ ਭੈਣੇ, ਰੱਖਣ ਵਾਲੀ ਗੱਲ ਆ ਜਿਹੜੀ ਨਾ, ਉਹ ਕਰਦੇ ਆ ਗੱਲ, ਥੋੜਾ ਟਾਈਮ ਰੁਕੋ, ਆ ਕਰ ਰਹੇ ਜਿਹੜਾ ਕੰਮ ਹੁਣ ਕਰ ਰਹੇ ਆ, ਰੁਕ ਨਾਲ ਰਹਿਣਾ ਪਊ ਤੁਹਾਨੂੰ, ਕੋਈ ਨਾ ਰੱਖ ਲਾਂਗੇ। ਪਹਿਲਾਂ ਦਵਾਈ ਲਵੋ, ਲੈ ਲਈ ਦਵਾਈ, ਬਹਿ ਜਾਓ ਥੋੜਾ ਟਾਈਮ, 4 ਵਜੇ 4 ਵਜੇ। ਹਾਂ ਭੈਣੇ 4 ਵਜੇ ਤੱਕ। ਅੱਛਾ, ਪਰ ਇੱਥੇ ਕੋਈ ਅਜੇ ਜਗ੍ਹਾ ਬਣਾਉਣੀ ਪੈਣੀ ਹੈ। ਲੈ ਲੈਣੇ ਆ ਜਾਓ। ਹਾਂਜੀ, ਆ ਬਾਈ ਕਹਿੰਦਾ ਮੈਂ ਰੁੱਖਾਂ ਤੇ ਗਾਣਾ ਗਾਇਆ, ਬਾਈ ਨੇ ਰੁੱਖਾਂ ਤੇ ਗਾਣਾ ਗਾਇਆ ਇੱਕ। ਉਧਰ ਦੇਖ, ਥੈਂਕ ਯੂ ਸੋ ਮਚ। ਠੀਕ ਹੈ ਠੀਕ ਹੈ, ਖੋਲ ਦਿਓ।
ਚਾਰ ਵਜੇ ਬਹਿਣਾ ਪੈਣਾ। ਸਤਿ ਸ੍ਰੀ ਅਕਾਲ ਜੀ। ਰੱਖਣ ਲੈਗੇ ਪਰ ਰਹਿਣਾ ਪੈਣਾ ਥੋੜਾ ਟਾਈਮ ਬਚਾਉਣਾ ਪੈਣਾ। ਚਾਰ ਵਜੇ ਬੈਠੋ, ਸ਼ਾਮੇ ਬਹਿ ਜਾਓ, ਪ੍ਰਸ਼ਾਦਾ ਪਾਣੀ ਛਕੋ ਤੇ ਮਿਲਦੇ ਆ। ਸਤਿ ਸ੍ਰੀ ਅਕਾਲ। ਹਾਂ ਹਾਂ ਇੱਥੇ ਬੂਟਾ ਲਾਉਣਾ ਜਿਹੜਾ ਲੈ ਕੇ ਗਿਆ। ਬਾਈ ਨੇ ਨਾ ਬਹੁਤ ਸੋਹਣਾ ਸੌਂਗ ਲਿਖਿਆ ਵਾ ਮਾਸਟਰ ਸੰਜੀਵ ਨੇ, ਤੇ ਰੁੱਖ ਲਗਾ ਲਓ ਪਾਣੀ ਬਚਾ ਲਓ। ਬਹੁਤ ਚੰਗੀ ਗੱਲ ਆ ਬਾਈ, ਕਿੱਥੇ ਗਿਆ ਬਾਈ? ਬਹੁਤ ਵਧੀਆ ਗੱਲ ਆ ਬਾਈ, ਰੁੱਖ ਲਗਾਓ ਪਾਣੀ ਬਚਾਓ, ਹੈ ਨਾ। ਮਹਾਰਾਜ ਚੜ੍ਹਦੀ ਕਲਾ ਬਖਸ਼ੇ। ਬਾਈ ਦਾ ਨਾਂ ਸੰਜੀਵ ਆ, ਮਾਸਟਰ ਸੰਜੀਵ ਬਾਈ। ਬਹੁਤ ਉਹਨਾਂ ਦੀ ਪੂਰੀ ਆਵਾਜ਼ ਨੀ ਆ ਰਹੀ ਸਹੀ, ਮੈਂ ਪੂਰਾ ਸੁਣਾਉਣਾ ਸੀ। ਹਾਂ ਕਰ ਦਿਓ, ਇਹਨੂੰ ਦੱਸ ਦਿੰਦਾ ਵੀਰੇ ਨੂੰ ਮਿਲ ਲਓ। ਹਾਂਜੀ ਜੀ, ਸਤਿ ਦਵਾਈ ਲੈ ਜੋ, ਆਹ ਦਵਾਈ ਖਵਾਓ, ਜੇ ਨਹੀਂ ਫਰਕ ਪਊਗਾ ਫਿਰ ਤਾਂ ਐ ਕਰਾਂਗੇ ਆਪਾਂ ਇੱਥੇ ਰੱਖ ਲਾਂਗੇ 10 ਦਿਨ 15 ਦਿਨ। ਤੁਹਾਨੂੰ ਇੱਕ ਜਣੇ ਨੂੰ ਨਾਲ ਰੋਕਣਾ ਪਊਗਾ, ਕੱਪੜਾ ਰੱਖਣੋ ਹਟ ਜੂਗਾ, ਠੀਕ ਹੋ ਜੂਗਾ, ਹਟ ਜੂਗਾ, ਫਿਕਰ ਨਾ ਕਰੋ। ਤੁਸੀਂ ਬਣਾਓ ਪ੍ਰੋਗਰਾਮ, ਜੇ ਤਾਂ 15 ਦਿਨ ਦੀ ਹੁਣ ਦਵਾਈ ਦੇ ਰਹੇ ਆ, 15 ਦਿਨ ਦੀ ਦਵਾਈ ਤੁਸੀਂ ਖਵਾਉਣੀ ਆ ਘਰੇ। ਜੇ ਤੁਹਾਨੂੰ ਲੱਗੂਗਾ ਫਰਕ ਪੈ ਗਿਆ ਠੀਕ ਆ, ਫਿਰ ਤਾਂ 1 ਮਹੀਨੇ ਦੀ ਦਵਾਈ ਫੇਰ ਲੈ ਜਿਓ। ਜੇ ਨਹੀਂ ਫਰਕ ਪਊਗਾ, ਭੈਣੇ ਏਦਾਂ ਇਹਨੂੰ ਆਪਾਂ ਨੂੰ 10-15 ਦਿਨ ਇੱਥੇ ਰੱਖਣਾ ਪਊਗਾ। ਐਕਤੀ ਤੁਹਾਨੂੰ 15 ਦਿਨ ਦੀ ਦਵਾਈ ਦਿੰਨੇ ਆ ਅਸੀਂ, ਗਰਮੀ ਵੀ ਬਹੁਤ, ਐਕਤੀ ਮਰੀਜ਼ ਅਸੀਂ ਬਾਹਰ ਰੱਖ ਲਿਆ, ਅੰਦਰ ਰਸ਼ ਕਾਫੀ ਆ, ਅਗਲੇ ਕੈਂਪ ਤੇ ਬਾਹਲੀ ਗੱਲ ਹੋਊ, ਆਪਾਂ ਇਹਨੂੰ ਰੱਖ ਲਾਂਗੇ ਠੀਕ ਆ। ਤੇ ਇਹਦੀ ਜੇ ਦਵਾਈ ਫਿੱਟ ਬੈਠ ਗਈ ਫਿਰ ਘਰੇ ਦੇ ਚੱਲੇ ਲੈ ਜਾਓ 1-15 ਦਿਨਾਂ ਬਾਅਦ ਆ ਕੇ, ਨਹੀਂ ਤਾਂ ਫਿਰ ਆਪਾਂ ਇਹਨੂੰ ਇੱਥੇ ਰੱਖ ਕੇ ਆ ਹਟਾ ਦਾਂਗੇ। ਕੋਈ ਨਾ, ਇਹਨੂੰ ਮਾਹੌਲ ਬਦਲਣਾ ਪੈਣਾ ਥੋੜਾ ਇਹਦਾ, ਕੋਈ ਨਾ ਕਰ ਲਾਂਗੇ। ਹਾਂਜੀ ਮਾਂ, ਹਾਂਜੀ ਬਾਈ, ਸੁਣਿਓ ਸਤਨਾ ਨੂੰ, ਸੁਣਿਓ ਬਾਪੂ ਦੀ ਗੱਲ। ਹਾਂ ਹਾਂ ਮਿਲੂਗਾ ਮੈਂ, 4:30 ਮਿਲੂਗਾ ਪੱਕਾ, ਆ ਜਾਂਦਾ ਮੈਂ ਥੱਲੇ। ਨਹੀਂ ਨਹੀਂ ਮੈਂ 4:30 ਮੈਂ ਰੋਜ਼ ਮੈਂ 4:30 ਵਜੇ ਉੱਠ ਕੇ ਨਾ ਥੱਲੇ ਆ ਜਾਂਦਾ। ਮੈਂ ਕੀ ਆ ਵੀ 4:30 ਉੱਠ ਖੜਦਾ ਥੱਲੇ, ਮੈਂ ਜ਼ਰੂਰ 5 ਵਜੇ ਆਉਣਾ, 1/2 ਘੰਟਾ ਲੱਗ ਜਾਂਦਾ ਮੈਨੂੰ, ਪਰ ਮੈਂ ਥੱਲੇ ਆ ਕੇ ਮਿਲੂਗਾ ਤੈਨੂੰ, ਕੋਈ ਤੂੰ ਆ ਜੀ। ਮੈਂ ਕਿਹਾ ਗੱਲ ਨੀ ਕੋਈ, 4:30 ਮਿਲੂਗਾ ਮੈਂ, 1/2 ਘੰਟਾ ਪਹਿਲਾਂ ਉੱਠ ਕਰੂ, ਘਰੋਂ ਤੁਰਨ ਤੋਂ ਪਹਿਲਾਂ ਫੋਨ ਮਾਰ ਦਿੰਦਾ ਠੀਕ ਆ। ਸਾਡੀ ਛੋਟੀ ਭੈਣ ਆ ਪ੍ਰਿੰਕਾ, ਬੰਬੇ ਰਹਿੰਦੀ ਆ, ਤੇ ਬਾਪੂ ਤੇ ਬੇਬੇ ਦਾ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ। ਭੈਣ ਵੀ ਬੱਚਿਆਂ ਨੂੰ ਲੈ ਕੇ ਹਰ ਛੁੱਟੀਆਂ ਚ ਗਰਮੀਆਂ ਚ ਇੱਥੇ ਆਉਣਾ, ਉਹਨਾਂ ਦੇ ਜਨਮ ਦਿਨ ਇੱਥੇ ਮਨਾਉਣੇ। ਬੰਬੇ ਵਰਗੇ ਸ਼ਹਿਰ ਦੇ ਵਿੱਚ ਜ਼ਰੂਰ ਬੱਚੇ ਪਾਲ ਰਹੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਇਸ ਖਿੱਤੇ ਨਾਲ ਆਪਣੀ ਜਨਮ ਭੂਮੀ ਦੇ ਨਾਲ ਜਿਹੜੀਆਂ ਸਾਂਝਾਂ ਵਾ, ਉਹਨਾਂ ਦੇ ਨਾਲ ਉਹਨਾਂ ਨੂੰ ਜੋੜ ਕੇ, ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜ ਕੇ ਕੋਸ਼ਿਸ਼ ਕਰੀਦੀ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਕੋਈ ਚੰਗਾ ਸਿੱਖਿਆ ਦੇ ਸਕੀਏ, ਚੰਗਾ ਇੱਕ
ਸਮਝ ਦੇ ਸਕੀਏ। ਸੰਗਤ ਨੂੰ ਵੀ ਬੇਨਤੀ ਹੈ, ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਭੈਣ ਨੂੰ, ਪਰਿਵਾਰ ਨੂੰ, ਇਹਦੇ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਤਰੱਕੀਆਂ ਬਖਸ਼ਣ, ਬੱਚਿਆਂ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਮਿਹਰ ਕਰਨ ਭੈਣ, ਤੰਦਰੁਸਤੀਆਂ ਬਖਸ਼ਣ ਭਾਈ। ਕਰੋ ਤੁਸੀਂ ਡਿਊਟੀਆਂ, ਹਾਂ ਮੈਂ ਕਰ ਲੈਣਾ। ਸੀਮਾ ਭੈਣ ਨੂੰ ਤੇ ਰਾਜਨ ਵੀਰੇ ਨੂੰ, ਪ੍ਰਾਹੁਣੇ ਨੂੰ, ਸਾਡੇ ਨੂੰ ਵੀ ਭਾਈ, ਸਾਡੀ ਬੇਬੇ ਦਾ ਸੁਨੇਹਾ ਆਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮੇਰੀਏ, ਅਸੀਂ ਤੈਨੂੰ ਯਾਦ ਕਰਦੇ ਰਹਿੰਦੇ, ਠੀਕ ਆ, ਬਿਜੀ ਰਹਿੰਦੇ, ਮਿਲ ਨਹੀਂ ਹੁੰਦਾ, ਆ ਨਹੀਂ ਹੁੰਦਾ, ਮੈਂ ਕਰੂੰਗਾ ਗੱਲ ਤੇਰੇ ਨਾਲ। ਤਕੜੀ ਹੈ ਭੈਣੇ, ਆ ਦੇਖੋ ਆ ਭੈਣ ਨੂੰ ਕਿਹੜੀ ਹਾਲਤ ਦੇ ਵਿੱਚ ਲੈ ਕੇ ਆਏ ਸੀ, ਤੇ ਅੱਜ ਮੇਰੀ ਛੋਟੀ ਭੈਣ, ਸਾਡੀ ਧੀ ਰਾਣੀ ਜਮਾਂ ਠੀਕ ਹੋ ਗਈ, ਹੈ ਨਾ। ਯਾਨੀ ਕਿ ਐਸੀ ਵੀ ਇਹ ਬਚੂ ਜਾਂ ਨਹੀਂ ਬਚੂ, ਇਹ ਵੀ ਨਹੀਂ ਸੀ ਉਮੀਦ। ਹਸਪਤਾਲ ਚ ਰਹੀ, ਆ ਹੱਥੇ ਦਾ ਠੀਕ ਕਰਾਉਣਾ ਜੀ, ਸੰਗਤ ਨੂੰ ਬੇਨਤੀ ਅਰਦਾਸ ਕਰਿਓ ਇੱਕ ਦਿਨ ਮੇਰੀ ਭੈਣ ਦਾ ਹੱਥ ਵੀ ਠੀਕ ਹੋ ਜਾਵੇ, ਹੈ ਨਾ। ਨਾ ਤੁਰ ਸਕਦੀ ਸੀ, ਨਾ ਬੋਲਦੀ ਹੋਈ ਸੀ, ਇੱਥੋਂ ਭੱਜ ਕੇ ਗਈ ਫਿਰ, ਹੈ ਨਾ, ਰੇਸ ਲਾ ਕੇ, ਜਕਾਰਾ ਲਾ ਕੇ, ਫੇਰਾ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ, ਮਾਂ ਕੇ ਪਿਆਰ ਕੀ ਜੈ, ਜਿਉਂਦੀ ਵਰਦੀ ਹੈ, ਜਿਉਂਦੀ। ਕਿਵੇਂ ਵੀਰੇ, ਠੀਕ ਹੈ, ਕੋਈ ਨਾ ਮਾਂ ਤੰਦਰੁਸਤੀਆਂ ਬਖਸ਼ਣ, ਬਾਬਾ ਨਾਨਕ ਮਿਹਰ ਕਰੇ। ਕਿਵੇਂ ਪੁੱਤ, ਕੋਈ ਨਾ ਬਾਈ, ਦਵਾਈਆਂ ਨਹੀਂ ਬੰਦ ਕਰਨੀਆਂ, ਗੁਰੂ ਕੇ ਲੰਗਰ ਆ, ਇਹ ਪ੍ਰਸ਼ਾਦ ਹੀ ਆ, ਸਾਰਿਆਂ ਨੇ ਛਕਣਾ, ਠੀਕ। ਅੱਜ ਉਧਰ ਨੂੰ ਚੱਲੋ, ਉਧਰ ਨੂੰ ਜਾਂਦੇ, 6-7 ਡਿਊਟੀ ਲੱਗੀ ਸੀ ਮੇਰੀ, ਹਾਂ, ਪ੍ਰਿੰਕਾ ਨੇ ਪ੍ਰੋਗਰਾਮ ਬਣਾਤਾ ਮਨਾਲੀ। ਕੋਈ ਨਾ ਕੋਈ ਨਾ, ਹਰ ਚੀਜ਼ ਦਾ, ਨਹੀਂ ਨਹੀਂ, ਹਰ ਚੀਜ਼ ਦਾ ਸਬੰਧ ਹੈ। ਇੱਕ ਇਹ ਆ ਵੀ ਉਹਨਾਂ ਨਾਲ ਜਦੋਂ ਗੱਲਬਾਤ ਕਰਨੀ ਹੈ ਇੱਥੇ, ਹਾਂ, ਉਹ ਮੈਂ ਤੇਰੀ ਗੱਲ ਕਰਾਉਂਗਾ, ਲੋੜ ਪਈ ਤਾਂ ਫਿਰ ਉਦੋਂ ਤੁਸੀਂ ਹੈਲਪ ਕਰਨੀ, ਕਿਉਂਕਿ ਉਹ ਕੋਈ ਚੱਕਰ ਨਹੀਂ, ਉਹਦਾ ਕੋਈ ਰੌਲਾ ਹੀ ਨਹੀਂ। ਹੁਣ ਕੱਲ ਨੂੰ ਜਾਣਾ ਤੁਸੀਂ? ਕੱਲ ਸਵੇਰ ਦੋਨੋਂ ਗੱਡੀਆਂ ਆ ਜਾਣਗੀਆਂ ਨਾ, ਠੀਕ ਆ, ਕੋਈ ਨਾ। ਕਿੰਨੀ ਤਰੀਕ ਨੂੰ ਆ ਜਾਣਾ? ਬਸ ਸ਼ਨੀਵਾਰ ਐਤਵਾਰ ਹੁਣ ਤੁਸੀਂ ਇੱਥੇ ਆਓ, ਠੀਕ ਹੈ ਜੀ। ਸਤਿ ਸ੍ਰੀ ਅਕਾਲ ਬਾਪੂ। ਨਾ ਨਾ ਬਾਪੂ, ਦੁਖੀ ਨੀ ਹੋਣਾ, ਕੀ ਗੱਲ ਯਾਰ, ਬਾਪੂ ਨੂੰ ਰਵਾਈ ਜਾਂਦਾ, ਮੇਰਾ ਪਿਓ ਆ ਇਹ ਯਾਰ, ਕਿੱਥੋਂ ਆਏ ਹੋ? ਧੂਰੀ ਤੋਂ ਆਇਆ। ਕੋਈ ਨਾ ਬਾਪੂ, ਫਿਕਰ ਨਾ ਕਰ, ਕਿੰਨੇ ਬੱਚੇ ਆ? ਮੇਰੇ 4 ਬੱਚੇ, ਚੁੱਪ ਕਰ, ਮੈਂ ਇਹ ਛੋਟੇ ਨੀ ਬਣ, ਤੁਸੀਂ ਕਰ ਸਕਦੇ ਮੁਨਸ਼ੀ ਜੀ ਵਕੀਲ ਦੇ, ਇਹ ਪੀਣ ਲੱਗ ਗਿਆ ਜੀ ਘੋਟਾ, ਉਦੋਂ ਪਤਾ ਭੰਗ ਨੇ ਕਰਿਆ, ਉਹਨੇ ਬਲਵਾਰ ਕਰਤਾ ਪਰਚੀ ਦੇ, ਦਵਾਈ ਲੈ ਲਈ, ਫਿਰ ਤੁਹਾਨੂੰ ਅੱਜ ਰਹਿਣਾ ਪੈਣਾ, ਰਹੋ ਤੁਸੀਂ ਇੱਥੇ, ਸਵੇਰੇ ਡਾਕਟਰ ਤੋਂ ਚੈੱਕਅਪ ਹੋਊਗਾ, ਦਵਾਈ ਦਵਾ ਕੇ ਭੇਜਾਂਗੇ ਵੀਰੇ, ਠੀਕ ਹੋ ਜਾਣਾ। ਨਹੀਂ ਨਹੀਂ, ਅੱਜ ਰਹਿਣਾ ਬਾਈ ਨੀ ਮੇਰਾ, ਅੱਜ ਰਹਿਣਾ ਵਾ, ਇਹਨੂੰ ਅੰਦਰ ਲੈ ਚੱਲੋ ਵੀਰੇ, ਆ ਜਾ ਪੋਤੇ ਨੂੰ ਲੈ। ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਪੋਤਿਆਂ, ਕਿਵੇਂ ਆ, ਕੀ ਨਾਮ ਆ? ਕਿੰਨੀ ਵਾਰ ਸੰਗੀ ਕੁੱਟੀ ਹੈ? ਕੀ ਨਾਮ ਸੰਗੀ ਕੁੱਟੀ ਹੈ? ਸੰਦੀਪ ਭੈਣ ਕੋਲ ਬੀਕੌਮ ਕੀਤੀ, ਇੰਨਾ ਪੜ੍ਹਿਆ ਲਿਖਿਆ,
ਬਲੱਡ ਚ ਕੋਈ ਸੀਗਾ ਪਹਿਲਾਂ ਏਦਾਂ ਨਾਨਕਿਆਂ ਚ ਦਾਦਕਿਆਂ ਚ? ਨਹੀਂ ਕਿਤੇ ਨਹੀਂ ਜੀ, ਬੜੀ 7-8 ਸਾਲ ਹੋ ਗਏ ਜੀ। ਹਰ ਚੌਥੇ ਦਿਨ ਗੱਡੀ ਚਾਹੀਦੀ ਹੈ ਨਵੀਂ, ਵੇਚ ਕੇ ਫੇਰ ਇਹਨੂੰ 4-5 ਬਦਲਤਿਆਂ ਲੱਗੇ, ਹੁਣ ਫੇਰ ਲੈ ਚੱਕ ਚੱਕ ਨਾ ਹੋਵੇ। 2 ਕਿੱਲੇ ਜ਼ਮੀਨ ਆ ਆਪਣੇ ਕੋਲ ਤੇ ਹੁਣ ਫੇਰ ਨੈਕਸਟ ਨੂੰ ਨਵੀਂ ਮੰਗਦਾ, ਕਰੇ ਮਾਰ ਕੁਟਾਈ ਕਰਦਾ, ਕਰੇ ਬਹੁਤ ਜ਼ਿਆਦਾ। ਕੋਈ ਨਹੀਂ, ਤੁਸੀਂ ਡਾਕਟਰ ਨੂੰ ਮਿਲੇ ਹੋ ਕਿ ਨਹੀਂ? ਇਹ ਮਿਲੇ, ਉਹਨਾਂ ਨੂੰ ਮਿਲੇ ਆ ਦਵਾਈ ਲੈ। ਜੇ ਇਹਨੂੰ ਇੱਥੇ ਰੱਖਣਾ ਹੋਵੇ ਕੌਣ ਰਹੂਗਾ ਨਾਲ? ਨਿਕਲੋ ਵੀਰੇ, ਨਿੰਗੋ ਗਾਂ ਨਿੰਗਣ ਤੋਂ। ਹੁਣ ਕਿੱਥੇ ਆ, ਕਿਹੜੇ ਪਿੰਡ ਆ? ਤਰਨ ਤਰਨ ਪੱਟੀ। ਕੋਈ ਨਾ ਵੀਰੇ, ਸਾਨੂੰ ਮਿਲਾਓ, 4 ਵਜੇ ਤੋਂ ਬਾਅਦ ਆਪਾਂ ਮਿਲਾਂਗੇ, ਐਂਟਰੀਆਂ ਪਾਵਾਂਗੇ। ਜਾਇਓ ਨਾ, ਪ੍ਰਸ਼ਾਦਾ ਪਾਣੀ ਛਕੋ। ਕੋਈ ਨਾ, ਆ ਦੇਖੋ 35 ਨੰਬਰ ਪਾ ਲਵੇ ਕੋਈ। ਠੀਕ ਆ ਬਾਈ, ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ। ਨਾ ਭੈਣੇ ਨਾ, ਮੈਂ ਪਾਪੀ। ਓਏ ਅੜਦਾ ਨੀ ਤੂੰ, ਹੈ ਬਣੇਗਾ ਸਿਆਣਾ ਕਿ ਨਹੀਂ? ਠੀਕ ਆ, ਕਿਸੇ ਦਿਨ ਓਦਾਂ ਲੈ ਕੇ ਬਿਨਾ ਕੈਂਪ ਤੋਂ ਬੁਲਾਇਆ ਸੀ? ਹੁਣ ਆ ਕੇ ਜਾਈ, ਠੀਕ ਆ? ਕਿਸੇ ਦਿਨ ਆਪ ਲੋਕ ਕਹਿੰਦੇ ਨੀਰੋ ਵਾਲੇ ਡਾਕਟਰ ਨੂੰ ਮਿਲਾਂਗੇ ਨਾ। ਠੀਕ ਆ, ਮੇਰੇ ਵੀਰੇ ਨੂੰ ਮੋਹਨ ਲਾਲ ਨੂੰ ਦਵਾਈ ਲੈ ਕੇ ਪਹਿਲਾਂ ਗਏ ਸੀ ਤੇ ਉਹ ਖਾਂਦਾ ਨਹੀਂ ਸੀ ਦਵਾਈ, ਤੇ ਹੁਣ ਦੁਬਾਰਾ ਲੈ ਕੇ ਆਈਆਂ ਸੀ। ਕਿੱਥੇ ਆ? ਉੱਥੇ ਅੰਦਰ ਹੀ ਬਣਾਇਆ ਹੋਇਆ। ਆਪਾਂ 4 ਵਜੇ ਤੋਂ ਬਾਅਦ ਮਿਲਾਂਗੇ, ਤੁਸੀਂ ਬੈਠ ਜਾਓ, ਪ੍ਰਸ਼ਾਦਾ ਪਾਣੀ ਛਕ ਲਓ, ਫਿਰ ਆਪਾਂ ਐਂਟਰੀਆਂ ਪਾਵਾਂਗੇ, ਰੱਖ ਲਾਂਗੇ ਜੇ ਲੋੜ ਪਊਗੀ। ਠੀਕ ਆ, ਕਿਵੇਂ ਲੱਗੀ ਰੇ ਪਾਪਾ? ਠੀਕ ਆ ਜੀ। ਆਹ ਬੰਦੇ ਨੇ ਸੇਵਾ ਸ਼ੁਰੂ ਕਰਾਈ ਹੈ ਜੀ ਕੈਂਪਾਂ ਦੀ, ਇਹ ਬੰਦੇ ਤੋਂ ਕੈਂਪ ਸ਼ੁਰੂ ਹੋਇਆ ਸਾਡਾ, ਜਿਹੜਾ ਐਡਾ ਇਕੱਠ ਵੱਟ ਦਿਖਦਾ ਨਾ ਤੁਹਾਨੂੰ, ਇਹ ਲੱਕੀ ਦੇ ਭਾਪੇ ਨੇ ਸ਼ੁਰੂ ਕਰਾਇਆ। ਹਾਂਜੀ, ਲੱਕੀ ਸਾਨੂੰ ਜਗਰਾਉਣ ਤੋਂ ਮਿਲਿਆ ਸੀਗਾ, ਉਹਦੇ ਪੈਰ ਚ ਕੀੜੇ ਪਏ, ਅਪਸੈਟ ਸੀ ਬੱਚਾ ਉਹਦਾ। ਵਾਹਿਗੁਰੂ ਨੇ ਕਿਰਪਾ ਕਰੀ, ਸਾਨੂੰ ਸੇਵਾ ਬਖਸ਼ੀ, ਇਲਾਜ ਸ਼ੁਰੂ ਹੋ ਗਿਆ, ਉਹਦੀ ਵੀਡੀਓ ਪਾਈ, ਉਹਦਾ ਘਰ ਲੱਭ ਗਿਆ। ਉਹਦੇ ਮਾਂ ਬਾਪ ਨੂੰ ਲੈਣ ਆ ਗਏ, ਅਸੀਂ ਇਹਨਾਂ ਨੂੰ ਕਿਹਾ ਵੀ ਕੈਂਪ ਤੇ ਨਹੀਂ, ਸੋਰੀ ਉਦੋਂ ਤਾਂ ਕੈਂਪ ਹੈ ਨਹੀਂ, ਅਸੀਂ ਇਹਨਾਂ ਨੂੰ ਕਿਹਾ ਵੀ ਦਵਾਈ ਜ਼ਰੂਰ ਲੈ ਕੇ ਜਾਣੀ ਆ, ਦਵਾਈ ਨਾ ਬੰਦ ਕਰਿਓ ਇਹਦੀ, ਵੀ ਨਹੀਂ ਤਾਂ ਫੇਰ ਇਹ ਅਪਸੈਟ ਹੋਜੂ, ਵੀ ਮਸਾਂ ਠੀਕ ਹੋਇਆ। ਇਹ ਦਵਾਈ ਲੈਣ ਆ ਗਏ ਅਗਲੀ ਵਾਰ, ਤੇ ਨਾਲ ਇੱਕ ਮਰੀਜ਼ ਲੈ ਆਏ, ਤੇ ਅਸੀਂ ਉਹਨੂੰ ਦਵਾਈ ਦਵਾਤੀ ਇੱਕ ਮਰੀਜ਼ ਨੂੰ ਹੋਰ, ਤੇ ਸਾਡੇ ਮਨ ਦੇ ਵਿੱਚ ਇੱਕ ਮਹਾਰਾਜ ਨੇ ਖਿਆਲ ਪਾਇਆ ਵੀ ਕਿਉਂ ਨਾ ਆਪਾਂ ਸੰਗਤ ਨੂੰ ਬੇਨਤੀ ਕਰੀਏ, ਜਿਹੜੇ ਲੋਕ ਇੰਨੇ ਫੋਨ ਕਰਦੇ ਆ ਵੀ ਸਾਡੇ ਘਰੇ ਮੈਂਟਲੀ ਅਪਸੈਟ ਆ, ਸਾਡੇ ਪਿੰਡ ਚ ਆ, ਸਾਡੇ ਰਿਸ਼ਤੇਦਾਰੀ ਚ ਆ, ਅਸੀਂ ਉਹਨਾਂ ਨੂੰ ਬੇਨਤੀ ਕਰਤੀ ਵੀ ਭਾਈ ਜੇ ਤੁਸੀਂ ਦਵਾਈ ਲੈਣੀ ਹੈ ਤਾਂ ਸ਼ਨੀਵਾਰ ਵਾਲੇ ਦਿਨ ਆ ਕੇ ਦਵਾਈ ਲੈ ਜਾ ਕਰੋ, ਅਸੀਂ ਦਵਾਈਆਂ ਦਵਾ ਦਾਂਗੇ, ਪਰ ਅਸੀਂ ਰੱਖ ਨਹੀਂ ਸਕਦੇ। ਤਾਂ 5-7 ਮਰੀਜ਼ ਆ ਗਏ, ਅਗਲੇ ਸ਼ਨੀਵਾਰ ਹੋਰ ਵੱਧ ਗਏ, ਫਿਰ ਏਦਾਂ ਹੀ ਸ਼ਨੀਵਾਰ ਨੂੰ ਲੱਗਦਾ ਸੀ ਪਹਿਲਾਂ ਕੈਂਪ, ਤੇ ਅੱਜ ਤੁਸੀਂ ਦੇਖਦੇ ਹੋ ਇੱਕ ਛੋਟੀ ਜਿਹੀ ਸ਼ੁਰੂਆਤ ਕਿਵੇਂ ਸ਼ੁਰੂ ਕਰਕੇ ਅੱਜ ਕਿੱਥੇ ਤੱਕ ਮਹਾਰਾਜ ਨੇ ਲੈ ਗਏ ਨੇ। ਇਹ ਦਵਾਈਆਂ ਦੇ ਲੰਗਰ ਲੱਗਦੇ ਨੇ, ਤੇ ਇਹਨਾਂ ਦੇ ਸੂਤਰਧਾਰ ਨੇ ਲੱਕੀ ਦੇ ਬਾਪੂ ਜੀ, ਇਹਦੇ ਚਾਹ ਦੀ ਰੇਹੜੀ ਲਾਉਂਦੇ ਨੇ, ਚਾਹ ਦੀ ਰੇਹੜੀ, ਲੱਕੀ ਟੀ ਸਟਾਲ ਆ ਇਹਨਾਂ ਦਾ। ਇਹਨਾਂ ਦਾ ਪੁੱਤ ਤਾਂ ਇਕੱਲਾ ਇਕੱਲਾ ਹੀ ਉਹ ਅਪਸੈਟ ਆ, ਤੇ ਉਹ ਵੀਰਾ ਬਿਲਕੁਲ ਠੀਕ ਹੋ ਗਿਆ ਸੀਗਾ, ਆ ਦੁਬਾਰਾ ਫਿਰ ਇਹਨਾਂ ਨੇ ਦਵਾਈ ਬੰਦ ਕਰਤੀ ਤੇ ਉਹ ਫਿਰ ਹੋ ਗਿਆ ਸੀ ਹੁਣ ਅਫਸਰ। ਹੁਣ ਉਹਨਾਂ ਦੀ ਦਵਾਈ ਲੈਣ ਆਉਂਦੇ ਨੇ, ਠੀਕ ਆ, ਹੁਣ ਰਿਪੀਟ ਦਵਾਈ ਚੱਲਦੀ ਹੈ। ਸਤਿ ਮੈਨੂੰ ਮਿਲਾਇਓ, 4 ਵਜੇ ਤੋਂ ਬਾਅਦ ਮਿਲਾਂਗੇ, 4 ਵਜੇ ਤੋਂ ਬਾਅਦ ਮਿਲਾਂਗੇ।
ਕਿੱਥੇ ਆ ਹੁਣ? ਬਿਠਾ ਲਓ ਉਹਨੂੰ, ਮੈਨੂੰ ਮਿਲਾਇਓ ਫਿਰ। ਮੈਂ ਮਿਲਾ ਦਿੰਦਾ ਜੀ। ਉਹ ਪੀਜੀਆਰ ਕਹੀ ਦਵਾਈ ਲੈਣ ਆਏ ਸੀ, ਉਹ ਕਹਿੰਦੇ ਸੀ ਟਾਈਮ ਤੇ ਨੀ ਪਹੁੰਚਦੇ ਤੁਸੀਂ। ਨਹੀਂ ਨਹੀਂ, ਟਾਈਮ ਤੇ ਹਰ ਵਾਰੀ ਲੈ ਕੇ ਜਾਈ ਦਵਾਈ, ਤੇ ਉਹ ਕੀ ਦਿੱਕਤ ਆ ਰਹੀ ਹੈ ਫਿਰ? ਉਹ ਕਹਿੰਦੇ ਸੀ ਚੈੱਕ ਅਪ ਕਰਾਉਣ ਤੋਂ ਬਾਅਦ ਦਵਾਈ ਲੈ ਜਾਓ, ਪੀਜੀਆਰ ਕਹਿ ਦਿੱਤਾ ਸੀ ਉਹਨਾਂ ਨੇ। ਮੈਂ ਕੀ ਆਏ ਚੈੱਕ ਅਪ, ਉਹ ਸਾਰਾ ਲਾਈਨ ਚ ਲੱਗੇ ਰਹੇ, ਤੇ ਹੁਣ ਕਹਿੰਦੇ ਜੀ ਦਵਾਈ ਤੁਹਾਡੀ ਪੈ ਗਿਆ। ਆ ਸੁਣਿਓ ਗੱਲ, ਇਹਨਾਂ ਦੀ ਚੈੱਕ ਕਰਾਉਣ ਦੀ ਲੋੜ ਆ ਤਾਂ ਚੈੱਕ ਕਰਾਓ। ਚਾਰ ਵਜੇ ਤੋਂ ਬਾਅਦ ਤੁਸੀਂ ਪ੍ਰਸ਼ਾਦਾ ਪਾਣੀ ਛਕ ਲਓ, ਇੱਥੇ ਸ਼ਾਮੇ ਬਹਿ ਜਾਓ, ਚਾਰ ਵਜੇ ਤੋਂ ਬਾਅਦ ਆਪਾਂ ਮਿਲਦੇ ਹਾਂ। ਠੀਕ ਹੈ ਜੀ? ਠੀਕ ਹੈ, ਜਿਨ੍ਹਾਂ ਨੇ ਵੀ ਮਰੀਜ਼ ਕੋਈ ਮਿਲਣ ਵਾਲੇ ਆ, ਚਾਰ ਵਜੇ ਤੋਂ ਬਾਅਦ ਮਿਲਾਂਗੇ ਆਪਾਂ। ਠੀਕ ਆ, ਬਸ ਓਕੇ। ਹਾਂਜੀ ਸਰ, ਠੀਕ ਹੈ ਬਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣੇ, ਜਿਉਣ ਦੀ ਬਾਤ ਦੀ ਲੈ ਖੂਨਦਾਨ ਕੀਤਾ ਬਾਈ, ਧੰਨਵਾਦ, ਸ਼ੁਕਰੀਆ, ਧੰਨਵਾਦ ਭੈਣੇ। ਤੁਹਾਡੀਆਂ ਦੁਆਵਾਂ ਭਰਾਵਾਂ ਨੂੰ ਜਿਹੜੀਆਂ ਤੁਸੀਂ ਸੀਸਾਂ ਦਿੰਦੇ ਹੋ, ਇੰਨੀਆਂ ਅਸੀਂ ਕਿੰਨੇ ਭਾਗਾਂ ਵਾਲੇ ਸਮਝਦੇ ਆਪਣੇ ਨੂੰ, 40 ਸਾਲ ਤੱਕ ਸਾਨੂੰ ਪਤਾ ਨੀ ਲੱਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ 40ਵੇਂ ਸਾਲ ਚ ਭੈਣੇ ਸੁੱਧ ਬੁੱਧ ਬਖਸ਼ੀ ਆ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ, ਜਿਉਂਦਾ ਮਾਂ। ਠੀਕ ਹੈ ਵੀਰ, ਤੇ ਚਲੋ ਹੁਣ ਆਪਾਂ ਪ੍ਰਸ਼ਾਦਾ ਵੀ ਛਕਣਾ, ਹਜੇ ਸਵੇਰ ਦਾ ਨਹੀਂ ਛਕਿਆ ਨੀ, 1 ਵੱਜ ਗਿਆ ਵਾ। ਤੇ ਹੁਣ ਤੁਸੀਂ ਦੇਖੋ ਸੰਗਤ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਦੇ ਚੈੱਕਅਪ ਕਰਾਉਣ ਤੋਂ ਬਾਅਦ ਸਾਰੇ ਇੱਥੇ ਕੁਰਸੀਆਂ ਤੇ ਬੈਠ ਜਾਂਦੇ ਨੇ। ਕੁਰਸੀਆਂ ਦੀ ਸ਼ੋਰਟੇਜ ਆ, ਕੁਰਸੀਆਂ ਘੱਟ ਆ, ਅਸੀਂ ਸੰਗਤ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ ਕੁਰਸੀਆਂ ਦੀ ਲੋੜ ਆ, ਤੇ ਉਹਦੇ ਵਿੱਚ ਵੀਰਾਂ ਨੇ ਸੇਵਾ ਕੀਤੀ ਆ, ਤੇ ਹੋਰ ਵੀ ਹਜੇ ਕੁਰਸੀਆਂ ਦੀ ਲੋੜ ਆ, ਕਿਉਂਕਿ ਕੁਰਸੀ ਹੁਣ ਤੁਸੀਂ ਦੇਖੋ ਸਾਡੇ ਕੋਲ 3,000 ਕੁਰਸੀ ਸੀਗੀ ਜਿਹੜੀ ਲੱਗੀ ਹੋਈ ਆ, ਤੇ ਪਰ ਇਕੱਠ 6,000-7,000-8,000 ਬੰਦੇ, ਕਿੰਨੀ ਕੁਰਸੀ ਆਪਣੀ 1,000 ਤੋਂ ਪਲੱਸ ਆ, ਸੋਰੀ 1,000 ਤੋਂ ਪਲੱਸ ਕੁਰਸੀ ਆ ਸਾਡੇ ਕੋਲ ਜਿਹੜੀ ਇੱਥੇ ਲੱਗੀ ਹੋਈ ਆ। ਚਾਹੀਦੀ ਕਿੰਨੀ ਆਪਾਂ ਨੂੰ? 1,000 ਕੁਰਸੀ ਦੀ ਲੋੜ ਆ, ਤੇ ਕੁਰਸੀ ਪਿੱਛੇ ਬਹੁਤ ਰੌਲਾ ਪਿਆ ਹੋਇਆ, ਖਬਰਾਂ ਲਾ ਕੇ ਦੇਖੋ, ਤੇ ਪਰ ਸਾਨੂੰ ਤਾਂ ਸਿੰਪਲ ਹੀ ਚਾਹੀਦੀਆਂ ਜੀ, ਨੀਲ ਕਮਲ ਦੀ ਕੁਰਸੀ ਚਾਹੀਦੀ ਆ, ਸਾਨੂੰ ਕਿਸੇ ਲੀਡਰ ਦੀ ਨਹੀਂ ਚਾਹੀਦੀ। ਨੀਲ ਕਮਲ ਕੰਪਨੀ ਦੀ ਕੁਰਸੀ ਹੋਵੇ, ਕਿਉਂਕਿ ਜਦੋਂ ਕੁਰਸੀਆਂ ਇਕੱਠੀਆਂ ਕਰਦੇ ਆ, ਕੁਰਸੀਆਂ ਦੇ ਵਿੱਚ ਕੁਰਸੀ ਪਾਉਂਦੇ ਆ, ਫਿਰ ਜੇ ਉਹ ਹੋਰ ਕਿਸੇ ਡਿਜ਼ਾਈਨ ਦੀ ਕੁਰਸੀ ਹੁੰਦੀ ਆ ਤਾਂ ਉਹ ਵਿੱਚ ਜਦੋਂ ਇਕੱਠੀਆਂ ਕਰਦੇ ਆ ਤਾਂ ਟੁੱਟ ਜਾਂਦੀਆਂ ਕੁਰਸੀਆਂ, ਤੇ ਜੇ ਇੱਕੋ ਡਿਜ਼ਾਈਨ ਦੀਆਂ ਹੋਣ ਕੁਰਸੀਆਂ ਤਾਂ ਫਿਰ ਸੌਖਾ ਹੋ ਜਾਂਦਾ ਥੋੜ੍ਹਾ ਜਿਹਾ ਸਾਨੂੰ ਉਹਨਾਂ ਨੂੰ ਸੰਭਾਲਣਾ। ਆਹ ਵਾਲੀ ਕੁਰਸੀ ਚਾਹੀਦੀ ਹੈ ਜੀ, ਰੋਜ਼ਾ ਮਾਡਲ ਆ ਜੀ, ਇਹ ਨੀਲ ਕਮਲ ਕੰਪਨੀ ਦੀ ਕੁਰਸੀ ਹੈ ਜੀ, ਤੇ ਜੇ ਕੋਈ ਸਾਡਾ ਵੀਰ ਕੋਈ ਭੈਣ ਕੁਰਸੀਆਂ ਪਹੁੰਚੀਆਂ ਕਰ ਸਕਦੇ ਆ ਤਾਂ 500 ਤੋਂ 1,000 ਕੁਰਸੀ ਚਾਹੀਦੀ ਆ। ਬਹਿ ਕ੍ਰਿਸ਼ਨ ਲਾਲ ਜੀ, ਕੁਰਸੀ ਤੁਹਾਡੀ ਹੋਈ ਹੈ, ਤੇ ਸਾਰੇ ਮੈਂਬਰ। ਹਾਂਜੀ ਭਾਈ ਖਾਲਸਾ, ਭਾਈ ਫਤਿਹ ਜੀ, ਉਹ ਠੀਕ ਠਾਕ ਹੋ ਜੀ ਸਾਰੇ, ਸਤਿ ਸ੍ਰੀ ਅਕਾਲ। ਹੋਰ ਸਟੂਡੈਂਟਸ ਕਿੱਦਾਂ ਵੀਰੇ? ਇਹ ਸਟੂਡੈਂਟ ਨੇ, ਬੱਚੇ ਸਾਡੇ ਕੋਲ ਆਉਂਦੇ ਨੇ ਸਰਾਭਾ ਕਾਲਜ ਤੋਂ, ਜਿਹੜੇ ਇਹ ਬੱਚੇ ਬੀ ਐਸ ਸੀ ਨਰਸਿੰਗ ਦੇ ਸਟੂਡੈਂਟਸ ਨੇ, ਕੁੜੀਆਂ ਤੇ ਮੁੰਡੇ ਸਾਡੇ ਕੋਲ ਕੈਂਪ ਚ ਵੀ ਸੇਵਾ ਕਰਾਉਣ ਆਉਂਦੇ ਨੇ, ਉਦਾਂ ਵੀ ਹਰ ਰੋਜ਼ ਸਾਡੇ ਨਾਲ। ਕਿੰਨੇ ਬੱਚੇ ਆਉਂਦੇ ਤੁਸੀਂ ਬੇਟਾ? 20
20 ਬੱਚੇ ਆ ਜਿਹੜੇ ਇਹ ਸਾਡੇ ਕੋਲ ਇੱਥੇ ਮੈਡੀਕਲੀ ਸੇਵਾ ਕਰਾਉਣ ਆਉਂਦੇ ਨੇ। ਕੈਂਪ ਦੇ ਵਿੱਚ ਤੁਸੀਂ ਦੇਖਦੇ ਹੋ ਦਵਾਈਆਂ ਕੱਢੀਆਂ ਜਾ ਰਹੀਆਂ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਜੀ ਠੀਕ ਠਾਕ ਹੋ ਬੇਟਾ? ਤੁਸੀਂ ਵੀ ਸਾਬੇ ਤੋਂ ਸਟੂਡੈਂਟ SKSS ਇੰਸਟੀਚਿਊਟ, ਫੁੱਲ ਫਾਰਮ ਸਰਦਾਰ ਕਰਤਾਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ, ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਤੋਂ ਇਹ ਬੱਚੇ। ਉਹ ਲੱਕੀ ਕਿਵੇਂ ਆ? ਆ ਜਾ ਤੈਨੂੰ ਮਿਲਾਈਏ ਸਾਰਿਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਵਾਈਆਂ ਦਾ ਲੰਗਰ ਲੱਗਿਆ ਹੋਇਆ, 4 ਜੂਨ ਦਾ ਦਿਨ 2024 ਮੰਗਲਵਾਰ। ਏਦਾਂ ਹੀ 2017 ਦੇ ਵਿੱਚ ਜਿੱਦਣ ਕੈਂਪ ਦੀ ਗੁਰੂ ਕੇ ਲੰਗਰਾਂ ਦੀ ਸ਼ੁਰੂਆਤ ਹੋਈ ਸੀ, ਅੱਜ ਤੁਹਾਡੇ ਨਾਲ ਉਸ ਦਿਨ ਦੀ ਸਾਂਝ ਪਾਉਣ ਲੱਗਿਆ। ਇਹ ਲੱਕੀ ਖੜਾ ਜੀ ਮੁੰਡਾ, ਲੱਕੀ ਟੀ ਸਟਾਲ, ਇਹਦੀ ਚਾਹ ਦੀ ਦੁਕਾਨ ਹੈ, ਇਹਦੇ ਬਾਪ ਦੀ ਜਲੰਧਰ। ਤੇ ਇਹ ਵੀਰ ਸਾਨੂੰ ਜਗਰਾਉਂ ਕੋਲੋਂ ਮਿਲਿਆ। ਇਹਦੇ ਲੱਤ ਤੇ ਜ਼ਖਮ ਕੀੜੇ ਪਏ ਹੋਏ, ਅਪਸੈਟ ਸੀ ਬਹੁਤ ਜ਼ਿਆਦਾ। ਸਾਡੀ ਟੀਮ ਦੇ ਮੈਂਬਰ ਨੇ ਜਗਰਾਉਂ ਤੋਂ ਮੰਨੂ ਬਾਜਵੇ ਹੋਣੀ ਵੀਰ, ਉਹਨਾਂ ਨੇ ਇਹਨੂੰ ਵੀਰ ਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਬਾਰਨਹਾੜੇ। ਅਸੀਂ ਟੈਂਟ ਲਾ ਕੇ, ਤੰਬੂ ਲਾ ਕੇ 2017 ਦੇ ਵਿੱਚ ਸੇਵਾ ਕਰਦੇ ਸੀ। ਉੱਥੇ ਜਦੋਂ ਲੱਕੀ ਨੂੰ ਉਹ ਲੈ ਕੇ ਆਏ, ਇਹ ਬੋਲਦਾ ਨਹੀਂ ਸੀ, ਚੱਜ ਨਾਲ ਘਰ ਦਾ ਐਡਰੈਸ ਨਹੀਂ ਸੀ ਦੱਸਦਾ, ਅਪਸੈਟ ਸੀ ਬਹੁਤ ਜ਼ਿਆਦਾ। ਪੈਰ ਚ ਕੀੜੇ ਪਏ ਹੋਏ ਸੀ, ਪੂਰਾ ਪੈਰ ਕੀੜੇ ਖਾਈ ਜਾਂਦੇ। ਜ਼ਖਮ ਦੀ ਸਫਾਈ ਹੋਈ, ਹਸਪਤਾਲ ਦੀਪਕ ਚੈੱਕਅਪ ਕਰਾਇਆ। ਉਦੋਂ ਅਸੀਂ ਉੱਥੇ ਲੈ ਕੇ ਜਾਂਦੇ ਸਾਰੇ ਮਰੀਜ਼ਾਂ ਨੂੰ, ਸੁਪਨਿਆਂ ਦੇ ਘਰ ਦਾ ਆਪਦਾ ਹਸਪਤਾਲ ਨਹੀਂ ਸੀ, ਤੇ ਦਿਮਾਗ ਦੇ ਡਾਕਟਰ ਤੋਂ ਦਵਾਈ ਸ਼ੁਰੂ ਕਰਾਤੀ, ਕੀੜੇ ਕੱਢ ਕੇ ਪੱਟੀਆਂ ਕਰਨੀਆਂ ਸ਼ੁਰੂ ਕਰਤੀਆਂ। ਲੱਕੀ ਠੀਕ ਹੋਣ ਲੱਗ ਗਿਆ। 15-20 ਦਿਨਾਂ ਦੇ ਵਿੱਚ ਲੱਕੀ ਨੇ ਅੱਗੇ ਨਾਲੋਂ ਕਾਫੀ ਇੰਪਰੂਵਮੈਂਟ ਆ ਗਈ, ਠੀਕ ਹੋ ਚੱਲਿਆ। ਤਾਂ ਇਹਨੇ ਆਪਣੇ ਘਰ ਦਾ ਐਡਰੈਸ ਦੱਸਿਆ, ਜਲੰਧਰ ਦਾ, ਕਹਿੰਦਾ ਮੈਂ ਰਹਿਣ ਵਾਲਾ, ਮੇਰੀ ਚਾਹ ਦੀ ਦੁਕਾਨ ਆ ਉੱਥੇ। ਉੱਥੋਂ ਇਹਦਾ ਘਰ ਲੱਭ ਗਿਆ। ਇਹਦੇ ਫਾਦਰ ਸਾਹਿਬ ਇਹਨੂੰ ਲੈਣ ਆਏ, ਇਹਦੀ ਮਾਂ ਇਹਨੂੰ ਲੈਣ ਆਏ। ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਜੇ ਤੁਸੀਂ ਚਾਹੁੰਦੇ ਹੋ ਲੱਕੀ ਠੀਕ ਰਵੇ, ਤਾਂ ਇਹਦੀ ਦਿਮਾਗ ਦੀ ਦਵਾਈ ਆ ਜਿਹੜੀ ਉਹ ਬੰਦ ਨਾ ਕਰਿਓ, ਅਸੀਂ ਤੁਹਾਨੂੰ ਨਾਲ ਦਵਾਈ ਦਿੰਦੇ ਹਾਂ, 15 ਦਿਨਾਂ ਬਾਅਦ ਦੁਬਾਰਾ ਆ ਕੇ ਲੈ ਜਿਓ। ਕਿਉਂਕਿ ਡਾਕਟਰ ਮਮਤਾ ਸਿੰਗਲਾ ਤੋਂ ਦਵਾਈ ਸੀ ਇਹਨੂੰ ਪਹਿਲੇ ਮਰੀਜ਼, ਤਾਂ ਡਾਕਟਰ ਮਮਤਾ ਸਿੰਗਲਾ ਤੋਂ ਅਸੀਂ 15 ਦਿਨਾਂ ਦੀ ਦਵਾਈ ਲੈ ਕੇ ਇਹਨੂੰ ਦਿੱਤੀ। ਇਹਦਾ ਬਾਪੂ ਇਹਨੂੰ ਨਾਲ ਲੈ ਕੇ ਚਲਾ ਗਿਆ। ਜਦੋਂ 15 ਦਿਨਾਂ ਬਾਅਦ ਦਵਾਈ ਲੈਣ ਆਏ, ਲੱਕੀ ਦਾ ਡੈਡੀ ਲੱਕੀ ਨੂੰ ਨਾਲ ਲੈ ਕੇ ਆਇਆ, ਨਾਲ ਇੱਕ ਹੋਰ ਮਰੀਜ਼ ਨੂੰ ਲੈ ਆਏ। ਉਹ ਕੁੜੀ ਦਾ ਨਾਂ ਸੀਗਾ ਪੂਜਾ, ਉਹ ਵੀ ਇਹਨਾਂ ਦੀ ਗੁਆਂਢੀ ਸੀ। ਉਹ ਬੱਚੀ ਸਕੂਲ ਦੇ ਵਿੱਚ ਪੜ੍ਹਦੀ ਸੀ, 10ਵੀਂ ਤੋਂ ਬਾਅਦ 11ਵੀਂ ਚ ਉਹਨੇ ਕਿਸੇ ਹੋਰ ਸਕੂਲ ਲੱਗਣਾ ਸੀ। ਜਿੱਥੇ ਉਹਦੀ ਸਹੇਲੀ ਪੜ੍ਹਦੀ ਸੀ ਉਹਦਾ ਸਕੂਲ ਕਿਤੇ ਹੋਰ ਸੀ, ਸਹੇਲੀ ਦਾ ਕਿਤੇ ਹੋਰ ਸੀ। ਉਹ ਟੈਨਸ਼ਨ ਲੈ ਗਈ ਵੀ ਮੈਂ ਆਪਦੀ ਸਹੇਲੀ ਤੋਂ ਅਲੱਗ ਹੋ ਗਈ। ਉਹ ਡਿਪਰੈਸ਼ਨ ਚਲੇ ਗਈ, ਕੰਮ ਕਰਨ ਤੋਂ ਹਟ ਗਈ, ਗੱਲਾਂ ਕੱਲੀਓ ਹੀ ਬੋਲੀ ਜਾਂਦੀ, ਅਪਸੈਟ ਹੋ ਗਈ। ਤੇ ਇਹ ਵੀਰ ਉਹਨੀ ਲੱਕੀ ਦਾ ਡੈਡੀ, ਉਹਨਾਂ ਨੂੰ ਵੀ ਨਾਲ ਲੈ ਆਇਆ। ਉਹਨੂੰ ਵੀ ਅਸੀਂ ਕੁੜੀ ਨੂੰ ਪੂਜਾ ਨੂੰ ਦਵਾਈ ਦਵਾਤੀ, ਜਦੋਂ ਇਹ ਨਾਲ ਹੀ ਲੈ ਆਏ ਜਦੋਂ, ਤਾਂ ਉਹ ਦਿਨ ਸਾਡੇ ਮਨ ਚ ਇੱਕ ਖਿਆਲ ਆਇਆ ਵੀ ਸਾਨੂੰ ਇੰਨੇ ਲੋਕ ਫੋਨ ਕਰਦੇ ਆ,
ਵੀ ਸਾਡੇ ਰਿਸ਼ਤੇਦਾਰੀ ਚ ਦਿਮਾਗੀ ਪਰੇਸ਼ਾਨ ਆ ਕੋਈ, ਸਾਡੇ ਪਿੰਡ ਦੇ ਵਿੱਚ ਕੋਈ ਸੰਗਲ ਨਾ ਬੰਨਿਆ ਹੋਇਆ ਜਾਂ ਸੜਕਾਂ ਤੇ ਤੁਰਿਆ ਫਿਰਦਾ। ਬਹੁਤ ਲੋਕਾਂ ਨੇ ਫੋਨ ਕਰਨੇ ਵੀ ਆ ਕੇ ਲੈ ਜਾਓ, ਤਾਂ ਅਸੀਂ ਉਹਨਾਂ ਨੂੰ ਮਨਾ ਕਰ ਦੇਣਾ ਵੀ ਵੀਰੇ ਅਸੀਂ ਐ ਨੀ ਲੈ ਕੇ ਜਾਂਦੇ, ਵੀ ਅਸੀਂ ਤਾਂ ਲੋੜਵੰਦਾਂ ਦੀ ਸੇਵਾ ਕਰਦੇ ਜਿਹੜੇ ਬਾਹਲੇ ਜ਼ਿਆਦਾ ਲੋੜਵੰਦ। ਤਾਂ ਉਹਨਾਂ ਨੇ ਜਦੋਂ ਫੋਟੋ ਭੇਜਣੀ ਜਾਂ ਵੀਡੀਓ ਭੇਜਣੀ ਬੰਨੇ ਹੋਏ ਦੀ, ਤਾਂ ਲੱਗਣਾ ਇਦੋਂ ਵੱਧ ਲੋੜਵੰਦ ਹੋਰ ਕੀ ਹੋਊ, ਪਰ ਅਸੀਂ ਮਦਦ ਨਹੀਂ ਸੀ ਕਰ ਪਾਉਂਦੇ। ਤਾਂ ਲਕੀਰੇ ਤੇ ਪੂਜਾ ਦੇ ਕਰਕੇ ਸਾਡੇ ਮਨ ਚ ਖਿਆਲ ਆਇਆ ਵੀ ਆਪਾਂ ਕਿਉਂ ਨਾ ਉਹਨਾਂ ਨੂੰ ਵੀ ਦਵਾਈਆਂ ਦਵਾ ਦਈਏ ਜਿਹੜੇ ਲੋਕ ਬੰਨੇ ਆ ਘਰਾਂ ਚ। ਅਸੀਂ ਵੀਡੀਓ ਪਾ ਕੇ ਸੰਗਤ ਨੂੰ ਬੇਨਤੀ ਕੀਤੀ। ਸ਼ਨੀਵਾਰ ਦਾ ਦਿਨ ਹੁੰਦਾ ਸੀ, ਉਹ ਸ਼ਨੀਵਾਰ ਵਾਲੇ ਦਿਨ ਦਵਾਈ ਲੈਣ ਆਉਂਦੇ ਹੁੰਦੇ ਸੀ ਵੀ ਤੁਸੀਂ ਜਿਹੜੇ ਭੈਣ ਭਰਾ ਸਾਨੂੰ ਫੋਨ ਕਰਦੇ ਆ ਵੀ ਮੈਂਟਲੀ ਅਪਸੈਟ ਮਰੀਜ਼ ਆ ਸਾਡੇ ਰਿਸ਼ਤੇਦਾਰੀ ਸਾਡੇ ਘਰ ਚ ਜਾਂ ਪਿੰਡ ਚ, ਵੀ ਉਹਨਾਂ ਨੂੰ ਬੇਨਤੀ ਆ ਵੀ ਅਗਲੇ ਸ਼ਨੀਵਾਰ ਆ ਕੇ ਦਵਾਈ ਲੈ ਜਾਓ, ਅਸੀਂ ਦਵਾਈ ਦਵਾ ਰਿਹਾ ਕਰਾਂਗੇ, ਪਰ ਅਸੀਂ ਰੱਖ ਨਹੀਂ ਸਕਦੇ। ਤਾਂ ਅਗਲੇ ਸ਼ਨੀਵਾਰ 5-6 ਹੋਰ ਮਰੀਜ਼ ਲੈ ਕੇ ਆ ਗਏ ਲੋਕ। ਡਾਕਟਰ ਮਮਤਾ ਸਿੰਗਲਾ ਨੂੰ ਚੈੱਕਅਪ ਕਰਾਇਆ ਅਸੀਂ ਕੋਲੋਂ, ਬੇਨਤੀ ਕਰਕੇ ਦਵਾਈਆਂ ਲੈ ਦਿੱਤੀਆਂ, ਸੰਗਤ ਨੇ ਦਵਾਈਆਂ ਦੇ ਦਿੱਤੀਆਂ, ਲੈ ਕੇ ਅਸੀਂ ਉਹਨਾਂ ਨੂੰ ਦਵਾਈਆਂ ਦੇ ਦਿੱਤੀਆਂ। ਫਿਰ ਇੱਕ ਮਹੀਨੇ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਅਸੀਂ ਕੈਂਪ ਲਾਉਣ ਲੱਗ ਗਏ, ਇੱਦਾਂ ਹੀ 10 ਮਰੀਜ਼, 20 ਮਰੀਜ਼, 50 ਮਰੀਜ਼ ਹੁੰਦੇ ਹੁੰਦੇ ਜਦੋਂ 300 ਤੋਂ ਮਰੀਜ਼ ਵੱਧ ਗਿਆ, ਫਿਰ ਡਾਕਟਰ ਕਹਿੰਦੇ ਵੀ ਇੱਕ ਦਿਨ ਚ ਤਾਂ ਇੰਨੇ ਮਰੀਜ਼ ਚੈੱਕ ਨਹੀਂ ਹੋ ਸਕਦੇ, 500 ਤੱਕ ਚਲਿਆ ਗਿਆ, ਫਿਰ 250-250 ਕਰ ਲਿਆ, 2 ਦਿਨ ਕਰ ਲਏ। ਫਿਰ CMC ਹਸਪਿਟਲ ਦੇ ਡਾਕਟਰਾਂ ਨੇ, ਉਹਨਾਂ ਦੀ ਮੈਨੇਜਮੈਂਟ ਨੇ ਇੰਨਾ ਇਕੱਠ ਹੁੰਦਾ ਸੀ ਉੱਥੇ ਜਵਾਬ ਦੇਤਾ ਪਹਿਲਾਂ, ਫਿਰ ਅਸੀਂ ਬੇਨਤੀ ਕੀਤੀ ਲਿਖਤੀ ਚ, ਫਿਰ ਉਹਨਾਂ ਨੇ ਸਾਨੂੰ ਇੱਕ ਦਿਨ ਦੇਤਾ ਮੰਗਲਵਾਰ ਦਾ ਵੀ ਇਹ ਮੰਗਲਵਾਰ ਵਾਲੇ ਦਿਨ ਡਾਕਟਰ ਮਮਤਾ ਤੁਹਾਡੇ ਮਰੀਜ਼ਾਂ ਨੂੰ ਚੈੱਕ ਕਰਿਆ ਕਰਨਗੇ ਸਪੈਸ਼ਲ, ਉਸ ਦਿਨ ਇਕੱਲੇ ਮਨੁੱਖਤਾ ਦੀ ਸੇਵਾ ਦੇ ਮਰੀਜ਼ ਆਉਣਗੇ। ਫਿਰ ਡਾਕਟਰ ਮਮਤਾ ਸਿੰਗਲਾ ਨੇ ਡਾਕਟਰ ਨੇ ਚੈੱਕਅਪ ਕਰਨਾ ਸ਼ੁਰੂ ਕਰਤਾ, ਮਰੀਜ਼ਾਂ ਨਾਲ ਦਵਾਈਆਂ ਦੇਣੀਆਂ ਸ਼ੁਰੂ ਕਰਤੀਆਂ, ਸੰਗਤ ਦਵਾਈਆਂ ਡੋਨੇਟ ਕਰ ਜਾਂਦੀ। ਅਸੀਂ ਉੱਥੋਂ ਮੈਡੀਕਲ ਤੇ ਦਵਾਈਆਂ ਲੈਣ ਲੱਗ ਗਏ, ਭੁੱਲਰ ਮੈਡੀਕਲ ਤੋਂ, ਜੀਵਨ ਮੈਡੀਕਲ ਆ DMC ਦੇ ਮੂਹਰੇ, ਉੱਥੋਂ ਸੰਗਤ ਉੱਥੇ ਦਵਾਈਆਂ ਦੇ ਪੈਸੇ ਦੇ ਜਾਂਦੇ ਤੇ ਅਸੀਂ ਉੱਥੋਂ ਦਵਾਈਆਂ ਲੈ ਲੈ ਕੇ ਕੈਂਪਾਂ ਚ ਦਵਾਈਆਂ ਦੇ ਲੰਗਰ ਲਾਉਣ ਲੱਗ ਗਏ। ਫਿਰ ਇੱਕ ਡਾਕਟਰ ਤੇ ਕੰਟਰੋਲ ਚ ਨਹੀਂ ਸੀ ਹੁੰਦਾ, 600 ਮੈਂਬਰ ਹੋ ਗਿਆ 2 ਦਿਨਾਂ ਚ, ਜੇ ਚੈੱਕ ਕਰਾਉਂਦੇ ਸੀ 300 ਮਰੀਜ਼, ਉਹ ਵੀ ਬਹੁਤ ਜ਼ਿਆਦਾ ਹੋ ਜਾਂਦਾ ਸੀ, 700-800 ਮਰੀਜ਼ ਟਿਕਟ ਤਾਂ ਮੈਡਮ ਸਾਹਮਣੇ ਰਹੇ ਡਾਕਟਰ ਮਮਤਾ ਸਿੰਗਲਾ। ਫਿਰ ਅਸੀਂ ਡਾਕਟਰ ਰਾਘਵ ਅਰੋੜਾ ਜੀ ਆ ਗਏ, ਦੀਪਕ ਹਸਪਤਾਲ ਚ ਨਵੇਂ ਡਾਕਟਰ ਲੱਗੇ ਆ ਕੇ ਸਾਈਕੈਟ੍ਰਿਕ, ਅਸੀਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਬੇਨਤੀ ਕੀਤੀ। ਫਿਰ ਅਸੀਂ ਇੱਥੇ ਸੁਪਨਿਆਂ ਦੇ ਘਰ ਚ ਕੈਂਪ ਲਾਉਣਾ ਸ਼ੁਰੂ ਕੀਤਾ, ਸੁਪਨਿਆਂ ਦੇ ਘਰ ਚ ਪਹਿਲਾਂ ਦਵਾਈਆਂ ਦਾ ਲੰਗਰ ਲਾਉਣਾ ਸ਼ੁਰੂ ਕੀਤਾ। ਇਹ 2020 ਦੇ ਵਿੱਚ ਸ਼ੁਰੂਆਤ ਹੋਈ। ਅੱਜ ਤੁਸੀਂ ਦੇਖਦੇ ਹੋ ਮਹੀਨੇ ਚ 2 ਕੈਂਪ ਲੱਗਦੇ ਨੇ, 15 ਦਿਨਾਂ ਬਾਅਦ ਇੱਕ ਕੈਂਪ ਲੱਗਦਾ, 2500-2600 ਮਰੀਜ਼ ਇੱਕ ਕੈਂਪ ਚ ਆਉਂਦਾ, ਦੋਨਾਂ ਕੈਂਪਾਂ ਦੇ ਵਿੱਚ 5200-5300 ਮਰੀਜ਼ ਦਾ ਚੈੱਕਅਪ ਹੁੰਦਾ, ਦਵਾਈਆਂ ਦਿੱਤੀਆਂ ਜਾਂਦੀਆਂ ਲੰਗਰਾਂ ਦੇ ਰੂਪ ਚ। ਇਹ ਗੁਰੂ ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਜੀ ਦੀ ਮਿਹਰ ਆ, ਇੰਨੀ ਲੱਖਾਂ ਰੁਪਈਆ ਦੀ ਦਵਾਈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਭੇਜਦੇ ਨੇ ਪ੍ਰਸ਼ਾਦ ਦੇ ਰੂਪ ਚ। ਫਿਰ ਵਲੰਟੀਅਰ ਇੱਥੇ ਕਰੀਬ 150-200 ਟੀਮ ਦਾ ਮੈਂਬਰ ਸੇਵਾ ਕਰਦਾ, ਹਰ 15 ਦਿਨਾਂ ਬਾਅਦ ਕੈਂਪ ਲੱਗਦਾ, ਹਰ 15 ਦਿਨਾਂ ਬਾਅਦ ਪ੍ਰਸ਼ਾਦਾ ਪਾਣੀ, ਰਹਿਣ ਦਾ, ਸੌਣ ਦਾ, ਹਵਾਦਾਰੂ ਦਾ, ਛੱਤ ਦਾ ਇੰਤਜ਼ਾਮ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀਤਾ। ਪੱਖੇ ਵੱਡੇ ਵੱਡੇ ਲੱਗ ਗਏ, ਕਿੱਡਾ ਵੱਡਾ ਸ਼ੈੱਡ ਬਣ ਗਿਆ,
ਜਿੱਥੇ ਗਰਮੀਆਂ ਚ ਟੈਂਟ ਹੁਣ ਕੱਲ ਰਾਤ ਹਨੇਰੀ ਆ ਗਈ, ਸਾਰੇ ਆਲੇ ਦੁਆਲੇ ਟੈਂਟ ਲੱਗੇ ਸੀ, ਜਿਹੜੇ ਇੱਧਰ ਟੈਂਟ ਲੱਗੇ ਸਾਰੇ ਹੀ ਉੱਡ ਗਏ। ਪਰ ਆਪਣੇ ਕੋਲ ਆ ਵੱਡਾ ਸ਼ੈੱਡ ਹੋਣ ਕਰਕੇ ਮਹਿਸੂਸ ਹੀ ਨਹੀਂ ਹੋਇਆ, ਪਤਾ ਹੀ ਨਹੀਂ ਲੱਗਿਆ। ਇੱਦਾਂ ਇਹ ਦਵਾਈਆਂ ਦੇ ਲੰਗਰ ਲੱਗਣੇ ਸ਼ੁਰੂ ਹੋਏ, ਜਿਹਦਾ ਸੂਤਰਧਾਰ ਆ ਲੱਕੀ ਟੀ ਸਟਾਲ, ਲੱਕੀ ਚਾਹ ਵਾਲਾ। ਇੱਕ ਚਾਹ ਵਾਲੇ ਲੱਕੀ ਜੀ ਵੀ ਨੇ, ਇੱਕ ਅੱਜ ਸਾਡੇ ਪ੍ਰਧਾਨ ਮੰਤਰੀ ਬਣ ਰਹੇ ਨੇ ਚਾਹ ਵਾਲੇ, ਉਹ ਵੀ ਨੇ। ਦੇਸ਼ ਦੀ ਅੱਜ ਤੁਹਾਨੂੰ ਪਤਾ ਇਲੈਕਸ਼ਨ ਦਾ ਨਤੀਜਾ ਆ ਰਿਹਾ, ਪਰ ਆਪਾਂ ਨੂੰ ਆਪਾਂ ਇੱਥੇ ਇੰਨੇ ਮੈਂਬਰ ਖੜੇ ਆ, ਕਿਸੇ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਂਦਾ। ਅਰਦਾਸ ਕਰਿਓ ਸਾਡੇ ਦੇਸ਼ ਦੇ ਜਦੋਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਚੁਣੇ ਜਾਇਆ ਕਰਨ, ਆਮ ਲੋਕਾਂ ਦੀ ਜ਼ਿੰਦਗੀ 'ਚ ਵੀ ਫਰਕ ਪਿਆ ਕਰੇ। ਸਾਨੂੰ ਵੀ ਆਮ ਲੋਕਾਂ ਨੂੰ ਵੀ ਇਸ ਚੀਜ਼ ਦਾ ਫਰਕ ਪਵੇ ਵੀ ਹਾਂ ਕੋਈ ਲੀਡਰ ਅੱਜ ਮੰਤਰੀ ਚੁਣਿਆ ਗਿਆ ਵਾ, ਕਿਉਂਕਿ ਸਾਨੂੰ ਤਾਂ ਆਟਾ ਦਾਲ ਦੇ ਚੱਕਰ 'ਚ ਹੀ ਪਸਾ ਰੱਖਿਆ। ਮੈਂ ਤਾਂ ਬੇਨਤੀ ਕਰਦਾ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤੇ ਚੰਗਾ ਵੀ ਨਹੀਂ ਕਹਿੰਦੇ ਪਿਆ, ਨਹੀਂ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ। ਜਿਹੜੇ ਮੈਂਬਰ ਇੱਥੇ ਸੁਪਨਿਆਂ ਦੇ ਘਰ ਵਿੱਚ ਦਵਾਈਆਂ ਲੈਣ ਆਉਂਦੇ ਨੇ, ਪ੍ਰਸ਼ਾਦ ਰੂਪੀ ਦਵਾਈਆਂ ਲੈਣ ਆਉਂਦੇ ਨੇ, ਤੰਦਰੁਸਤ ਹੋਣ, ਤਕੜੇ ਹੋਣ, ਚੜ੍ਹਦੀ ਕਲਾ ਵਿੱਚ ਹੋਣ ਸਾਰੇ। ਅੱਜ ਸਾਡੀ ਤਾਂ ਔਕਾਤ ਇੰਨੀ ਵੀ ਨਹੀਂ ਸੀ ਵੀ ਅਸੀਂ ਲੱਕੀ ਨੂੰ ਦਵਾਈ ਦਵਾ ਸਕੀਏ, ਅਸੀਂ ਆਪਦੀ ਦਵਾਈ ਲੈ ਸਕੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਕੋਈ ਅੱਲਾ, ਕੋਈ ਰਾਮ, ਕੋਈ ਵਾਹਿਗੁਰੂ, ਕੋਈ ਭਗਵਾਨ, ਆਪਾਂ ਅਲੱਗ ਅਲੱਗ ਨਾਵਾਂ ਨਾਲ ਪੁਕਾਰਦੇ ਹਾਂ। 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਚ ਰਹਿੰਦੇ ਹਾਂ, ਉਹਨਾਂ ਦੀ ਕਿਰਪਾ, ਉਹਨਾਂ ਦੀ ਰਹਿਮਤ ਦੇ ਸਦਕਾ ਏ ਐਡੇ ਵੱਡੇ ਦਵਾਈਆਂ ਦੇ ਲੰਗਰ ਲੱਗ ਰਹੇ। ਅੱਜ ਖੂਨਦਾਨ ਕੈਂਪ ਲੱਗਿਆ, ਰੁੱਖਾਂ ਦੇ ਲੰਗਰ ਲੱਗੇ ਆ, ਰੁੱਖ ਵੰਡੇ ਜਾ ਰਹੇ ਆ। ਇਹ ਸਭ ਵਰਤਾਰਾ ਜਿਹੜਾ ਇਹ ਕੀਤਾ ਨਹੀਂ ਜਾ ਸਕਦਾ, ਇਹ ਹੋ ਰਿਹਾ ਕਰਨ ਵਾਲਾ ਤਾਂ ਉੱਪਰ ਉਹ ਬੈਠਾ ਕਲਗੀਆਂ ਵਾਲਾ ਸੀ। ਤੇ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਆ ਜਿਹੜੇ ਇੱਥੇ ਅੱਜ ਆਏ ਆ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ, ਬਹੁਤ ਧੰਨਵਾਦ। ਇੰਨੀ ਗਰਮੀ ਜਿਹੜੇ ਵੀਰ ਸਾਡੀਆਂ ਭੈਣਾਂ ਸੇਵਾ ਕਰਾ ਰਹੀਆਂ, ਪ੍ਰਸ਼ਾਦੇ ਦੀ ਸੇਵਾ ਚੱਲ ਰਹੀ ਆ, ਇੱਕ ਪਾਸੇ ਸੁਵੀਲ ਚੱਲ ਰਹੀ ਆ ਠੰਡੇ ਮਿੱਠੇ ਜਲ ਦੀ, ਇੱਕ ਉਹ ਵੀਰੇ ਹੁਣੀ ਗੰਨੇ ਦੇ ਰਸ ਦੀ ਉਹ ਟਰਾਲੀ ਭਰ ਕੇ ਲੈ ਕੇ ਆਏ ਆ ਗੰਨਿਆਂ ਦੀ, ਤੇ ਨਾਲ ਘਲਾੜਾ ਲੈ ਕੇ ਆਏ ਆ, ਸਾਰਿਆਂ ਨੂੰ ਗੰਨੇ ਦਾ ਰਸ ਪਿਲਾਇਆ ਜਾ ਰਿਹਾ। ਉਹਨਾਂ ਵੱਲੋਂ ਵੀਰਾਂ ਵੱਲੋਂ ਸੇਵਾ ਕਰਾਈ ਜਾ ਰਹੀ ਆ, ਉਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹਾਂ ਭੈਣੇ, ਹਾਂ ਸਤਿ ਸ੍ਰੀ ਅਕਾਲ। ਇੱਕ ਅੱਜ ਸਾਡੇ ਡਾਕਟਰ ਮਮਤਾ ਸਿੰਗਲਾ ਭੈਣ ਜੀ ਨੇ, ਜਿਹੜੇ ਜਿਨ੍ਹਾਂ ਨੇ ਇਸ ਕੈਂਪ ਦੀ ਨੀਂਹ ਰੱਖੀ ਸੀ, ਜਿਨ੍ਹਾਂ ਦੇ ਕਰਕੇ ਅੱਜ ਇਹ ਕੈਂਪ ਲੱਗ ਰਹੇ ਨੇ, ਉਹ ਤੁਹਾਡੇ ਨਾਲ ਕੁਛ ਵਿਚਾਰ ਸਾਂਝੇ ਕਰਨਗੇ। ਉਹਨਾਂ ਨੇ ਆਪਾਂ ਨੂੰ ਗਾਈਡ ਕਰਿਆ ਕਰਨਾ ਵਾ ਵੀ ਆਪਾਂ ਕਿੱਦਾਂ ਆਪਣੇ ਪੇਸ਼ੈਂਟ ਨੂੰ, ਆਪਣੇ ਮਰੀਜ਼ ਨੂੰ ਸੰਭਾਲਣਾ, ਕਿੱਦਾਂ ਉਹਦਾ ਇਲਾਜ ਕਰਾਉਣਾ, ਕਿੱਦਾਂ ਉਹਨੂੰ ਦਵਾਈ ਦੇਣੀ ਆ, ਕਿੱਦਾਂ ਉਹਦੇ ਨਾਲ ਬਿਹੇਵ ਕਰਨਾ, ਕਿੱਦਾਂ ਉਹਦੇ ਨਾਲ ਅਸੀਂ ਗੱਲਬਾਤ ਕਰਨੀ ਆ, ਕਿੱਦਾਂ ਉਹਨੂੰ ਸੰਭਾਲਣਾ, ਬਿਮਾਰੀ ਦੇ ਕੀ ਲੱਛਣ ਆ, ਇਹ ਕਿਉਂ ਹੁੰਦੀ ਆ, ਕਿਵੇਂ ਪਛਾਣੀ ਜਾ ਸਕਦੀ ਆ, ਇਹ ਸਾਰੀਆਂ ਗੱਲਾਂ ਡਾਕਟਰ ਤੁਹਾਨੂੰ ਆਪ ਦੱਸਿਆ ਕਰਨਗੇ। ਸਾਡੀ ਕੋਸ਼ਿਸ਼ ਆ
ਵੀ ਅਸੀਂ ਇਸ ਕੈਂਪ ਨੂੰ, ਇਸ ਗੁਰੂ ਕੇ ਲੰਗਰਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਅੱਗੇ ਲੈ ਕੇ ਜਾ ਸਕੀਏ। ਸਾਡੀ ਬੇਨਤੀ ਆ ਜਿਹੜੇ ਰਾਜ ਮਿਸਤਰੀ ਨੇ ਵੀ, ਜਿਹੜੇ ਰਾਜ ਮਿਸਤਰੀ ਕੰਧਾਂ ਕੋਠੇ ਪਾਉਂਦੇ ਨੇ, ਜੇ ਉਹ ਵੀਰ ਕੋਈ ਸਾਡੇ ਨਾਲ ਇੱਥੇ ਕੈਂਪ ਰਾਹੀਂ ਜੁੜਿਆ, ਬਾਈ ਇੱਕ ਦਿਨ, ਦੋ ਦਿਨ, ਚਾਰ ਦਿਨ ਦੀ ਸੇਵਾ ਜ਼ਰੂਰ ਕਰਾ ਕੇ ਜਾਇਓ, ਤੁਹਾਨੂੰ ਅਸੀਂ ਜਿਹੜੀ ਤੁਹਾਡੀ ਦਿਹਾੜੀ ਬਣਦੀ ਹੈ ਉਹ ਦੇਵਾਂਗੇ, ਪਰ ਦੋ ਦੋ ਚਾਰ ਚਾਰ ਦਿਨ ਜੇ ਤੁਸੀਂ ਸਾਡੇ ਨਾਲ ਕੰਮ ਕਰਾ ਜਾਓਗੇ। ਰਾਜ ਮਿਸਤਰੀ ਦਾ ਕੰਮ ਕਰਦੇ ਨੇ ਜਿਹੜੇ ਵੀਰ, ਆਪਾਂ ਹੋਰ ਥੋੜਾ ਜਿਹਾ ਇਹਨੂੰ ਆਲੇ ਦੁਆਲੇ ਚੰਗਾ ਕਰ ਲਈਏ। ਇੱਕ ਜਿਹੜੇ ਬਿਲਡਿੰਗ ਦਾ ਕੰਮ ਕਰਦੇ ਨੇ, ਲੋਹੇ ਦੀ ਬਿਲਡਿੰਗ ਦਾ, ਜਿਵੇਂ ਆਹ ਸ਼ੈੱਡ ਬਣਾਇਆ, ਆਹ ਵਧਾਉਣਾ ਸ਼ੈੱਡ ਥੋੜਾ ਜਿਹਾ ਹੋਰ, ਉਹਨਾਂ ਦੀ ਵੀ ਜ਼ਰੂਰਤ ਆ ਸਾਨੂੰ, ਉਹ ਵੀ ਵੀਰ ਆ ਕੇ ਇੱਕ ਨੰਬਰ ਕਾਊਂਟਰ ਤੇ ਆਪਣਾ ਨਾਮ ਲਿਖਾਉਣ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ, ਤੰਦਰੁਸਤੀਆਂ ਬਖਸ਼ਣ। ਇੱਕ ਆ ਬੱਚਾ ਜੀ, ਇਹ ਗੁੰਮ ਹੋ ਗਿਆ, ਕੋਈ ਇਹਦੇ ਮਾਂ ਬਾਪ ਕੋਈ ਦੇਖਦੇ ਆ ਜ਼ਰੂਰ ਪਛਾਣਨ। ਕੀ ਨਾਮ ਪੁੱਤ ਤੇਰਾ? ਕੀ ਨਾਮ ਆ? ਕੀ ਨਾਮ ਆ? ਕੀ ਨਾਮ ਤੇਰਾ? ਕੀ ਨਾਮ? ਆ ਚੀਜ਼ੀ ਲੈ ਲਾ, ਕਾਫੀ ਲੈਣੀ ਆ। ਉਹ ਲਿਆ ਗਏ, ਉਹ ਆ ਗਏ, ਉਹ ਲਿਆ ਗਏ, ਉਹ ਲਿਆ ਗਏ, ਉਧਰ ਦੀ ਫੜਾਇਆ ਜੀ ਕੁੰਡੀ ਸਾਹਿਬ, ਉਧਰ ਆ ਲੈ, ਟੋਫੀ ਲੈ ਜਾ। ਮੈਂ ਖਾਲਸਾ, ਠੀਕ ਆ ਸੀਤਾ ਰਾਣੀ, ਇਸ ਮਾਂ ਨੂੰ ਬਹੁਤ ਮਾੜੀ ਹਾਲਤ ਲੈ ਕੇ ਆਏ ਸੀ, ਬਹੁਤ ਹੀ, ਬਹੁਤ ਸਾਲਾਂ ਤੋਂ ਸੜਕਾਂ ਤੇ ਸੀਗੀ, ਹੁਣ ਠੀਕ ਆ ਮਾਂ? ਬਾਬੇ ਨਾਨਕ ਦਾ ਉੱਤਰਾਖੰਡ ਤੋਂ? ਹਾਂ ਠੀਕ ਆ ਭੈਣ, ਹੁਣ ਅੱਗੇ ਨਾਲੋਂ, ਅੱਗੇ ਨਾਲੋਂ ਤਾਂ ਬਹੁਤ ਠੀਕ ਆ, ਬੋਲਣ ਲੱਗ ਜਾਏਗੀ, ਲੱਗ ਜਾਏਗੀ, ਲੱਗ ਜਾਏਗੀ। ਹਾਂਜੀ ਸੁਣਾ, ਕਿੱਥੇ ਆ? ਕਿਹੜੇ ਪਿੰਡ ਆਏ ਹੋ? ਕੇਮ ਕਰਮ। ਕੋਈ ਨਾ, ਚਾਰ ਵਜੇ ਤੱਕ ਰੁਕਿਓ, ਜਾਇਓ ਨਾ, ਦਵਾਈ ਲੈ ਲਓ, ਮੈਨੂੰ ਮਿਲ ਕੇ ਜਾਇਓ, ਕੋਈ ਨਾ ਰੱਖਣਾ ਹੋਊਗਾ ਰੱਖਾਂਗੇ, ਚਾਰ ਵਜੇ ਮਿਲਿਓ ਮੈਨੂੰ, ਕੋਈ ਨਾ ਭੈਣੇ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਭੈਣੇ। ਡਾਕਟਰ ਮਮਤਾ ਸਿੰਗਲਾ ਭੈਣ ਜੀ, ਜਿਨ੍ਹਾਂ ਬਾਰੇ ਆਪਾਂ ਹੁਣ ਗੱਲ ਕਰਦੇ ਸੀ, ਲੱਕੀ ਤੁਹਾਨੂੰ ਮਿਲਾਇਆ, ਲੱਕੀ ਟੀ ਸਟਾਲ ਵਾਲਾ, ਜਿਹਦੇ ਤੋਂ ਸਾਡੇ ਕੈਂਪ ਦੀ ਸ਼ੁਰੂਆਤ ਹੋਈ ਸੀ, ਉਹ ਵੀਰ ਸੀ ਪਹਿਲਾ ਮਰੀਜ਼, ਜਿੱਥੋਂ ਅੱਜ ਆਪਾਂ ਇੰਨੀ ਵੱਡੀ ਤਦਾਦ ਚ ਇੱਥੇ ਸੰਗਤ ਇਕੱਠੀ ਹੁੰਦੀ ਹੈ। ਤੇ ਡਾਕਟਰ ਮਮਤਾ ਸਿੰਗਲਾ ਨੇ ਭੈਣ ਜੀ, ਜਿਨ੍ਹਾਂ ਨੇ ਇਸ ਕੈਂਪ ਦੀ ਨੀਂਹ ਰੱਖੀ, ਜਿਨ੍ਹਾਂ ਕਰਕੇ ਅੱਜ ਆਪਾਂ ਏਡਾ ਵੱਡਾ ਦਵਾਈਆਂ ਦਾ ਲੰਗਰ ਲਗਾ ਰਹੇ ਹਾਂ, ਜਿਹਦੇ ਵਿੱਚ ਡਾਕਟਰ ਰਾਘਵ ਅਰੋੜਾ ਜੀ, ਡਾਕਟਰ ਜਸਪ੍ਰੀਤ, ਡਾਕਟਰ ਅਭਿਸ਼ੇਕ, ਡਾਕਟਰ ਜਸਵਿੰਦਰ ਕੌਰ ਭੈਣ ਸਾਡੀ, ਇਹ ਪੰਜ ਡਾਕਟਰ ਸਾਡੇ ਕੋਲ ਸੁਪਨਿਆਂ ਦੇ ਘਰ ਵਿੱਚ ਹਰ ਕੈਂਪ ਤੇ ਸੇਵਾ ਲਵਾਉਂਦੇ। ਤੇ ਹੁਣ ਡਾਕਟਰ ਮਮਤਾ ਸਿੰਗਲਾ ਤੁਹਾਡੇ ਨਾਲ ਥੋੜੇ ਵਿਚਾਰ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਤਾਂ ਮੈਂ ਗੁਰਪ੍ਰੀਤ ਜੀ ਦਾ ਧੰਨਵਾਦ ਕਰਨਾ ਚਾਹਾਂਗੀ, ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਉਹ ਰੱਬ ਦੇ ਹੀ ਇੱਕ, ਰੱਬ ਤੋਂ ਹੀ ਭੇਜੇ ਹੋਏ ਇੱਕ ਦੂਤ ਨੇ ਜਿਹੜੇ ਇੰਨੇ ਮਰੀਜ਼ਾਂ ਦਾ ਇਲਾਜ ਹੋ ਰਿਹਾ, ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਸੀ, ਇਹ ਮੁਸ਼ਕਿਲ ਸੀ। ਜਿਹੜੀ ਮਾਨਸਿਕ ਬਿਮਾਰੀਆਂ ਹੁੰਦੀਆਂ ਨੇ ਨਾ, ਇਹਦਾ ਇੱਕ ਤਾਂ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਇਹ ਇਹਨਾਂ ਦੇ ਲੱਛਣ ਕੀ ਹੁੰਦੇ ਨੇ, ਕਿਸ ਤਰ੍ਹਾਂ ਮਰੀਜ਼
ਪ੍ਰੈਜ਼ੈਂਟ ਕਰਦਾ ਤੇ ਜਦੋਂ ਪਤਾ ਚੱਲਦਾ ਉਹਦਾ ਇਲਾਜ ਕਰਾਉਣ ਲਈ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਜਾਈਏ, ਕਿਹੜੇ ਡਾਕਟਰ ਕੋਲ ਜਾਈਏ, ਕਦੋਂ ਕਰਾਉਣਾ ਚਾਹੀਦਾ। ਤੇ ਇਹਨਾਂ ਚੀਜ਼ਾਂ ਦਾ ਜਦੋਂ ਸਹੀ ਤਰੀਕੇ ਨਾਲ ਇਲਾਜ ਹੋਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਮਰੀਜ਼ ਘਰ ਵਿੱਚ ਬੈਠਾ ਬਿਲਕੁਲ ਕੰਮ ਨਹੀਂ ਕਰ ਰਿਹਾ ਹੁੰਦਾ ਜਾਂ ਕਹਿ ਲਓ ਕਿ ਘਰਦਿਆਂ ਤੇ ਬਰਡਨ ਹੁੰਦਾ, ਉਹ ਕਮਾਉਣਾ ਸ਼ੁਰੂ ਕਰ ਦਿੰਦਾ, ਘਰਦਿਆਂ ਦੇ ਵਿੱਚ ਘਰ ਦੇ ਵਿੱਚ ਖੁਸ਼ੀ ਆ ਜਾਂਦੀ। ਹਾਂਜੀ, ਸੋ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਿਹੜੀਆਂ ਮਾਨਸਿਕ ਬਿਮਾਰੀਆਂ ਨੇ, ਜਿਹੜੀ ਇਹਨਾਂ ਦੀ ਆਪਾਂ ਦਵਾਈ ਸ਼ੁਰੂ ਕਰਦੇ ਹਾਂ, ਦਵਾਈ ਜਦੋਂ ਇੱਕ ਵਾਰ ਆਪਾਂ ਸ਼ੁਰੂ ਕਰ ਦਿੰਦੇ ਹਾਂ ਔਰ ਉਹਨੂੰ ਲਗਾਤਾਰ ਖਿਲਾਣੀ ਹੈ, ਜੇ ਆਪਾਂ ਵਿੱਚੋਂ ਦਵਾਈ ਰੋਕਾਂਗੇ ਤਾਂ ਜਿਹੜੀ ਬਿਮਾਰੀ ਜਿੱਥੋਂ ਸ਼ੁਰੂ ਹੋਈ ਸੀ ਕਈ ਵਾਰ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇਹਨਾਂ ਦਾ ਇਲਾਜ ਲੰਬਾ ਚੱਲਦਾ ਹੈ। ਸਪੈਸ਼ਲੀ ਜਿਹੜੇ ਦੌਰੇ ਵਾਲੇ ਮਰੀਜ਼ ਹੈ ਉਹਨਾਂ ਦਾ 3 ਤੋਂ 5 ਸਾਲ ਇਲਾਜ ਚੱਲਦਾ ਹੈ, ਤੇ ਇਸ ਕਰਕੇ ਦਵਾਈ ਵਿੱਚੋਂ ਤੋੜਨੀ ਨਹੀਂ ਹੈ। ਦੂਸਰਾ, ਜਿਹੜੀਆਂ ਨਵੀਆਂ ਲੜਕੀਆਂ ਹੁੰਦੀਆਂ ਨੇ ਜਦੋਂ ਦਵਾਈ ਖਾ ਰਹੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਜਦੋਂ ਠੀਕ ਹੋ ਕੇ ਵਿਆਹ ਹੋ ਜਾਂਦਾ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਪ੍ਰੈਗਨੈਂਸੀ ਦੇ ਵਿੱਚ, ਮਤਲਬ ਕਿ ਬੱਚਾ ਪੈਦਾ ਕਰਨ ਲਈ ਥੋੜਾ ਪਰਹੇਜ਼ ਰੱਖਣਾ ਹੈ, ਕਿਉਂਕਿ ਜਿਹੜੀਆਂ ਸਾਡੀਆਂ ਦਵਾਈਆਂ ਨੇ ਉਹ ਬੱਚੇ ਨੂੰ ਨੁਕਸਾਨ ਕਰ ਸਕਦੀਆਂ ਨੇ। ਸਾਡੇ ਤੋਂ ਪੁੱਛ ਕੇ ਦਵਾਈ ਬੰਦ ਕਰਨੀ ਹੈ ਜਾਂ ਅਸੀਂ ਆਪਣੇ ਆਪ ਹੌਲੀ ਹੌਲੀ ਦਵਾਈ ਦੀ ਮਾਤਰਾ ਘਟਾ ਕੇ ਬੰਦ ਕਰਾਂਗੇ। ਤੀਸਰਾ, ਜਿਹੜੀ ਸਾਡੀਆਂ ਦਵਾਈਆਂ ਨੇ ਉਹ ਥੋੜੀ ਜਿਹੀ ਨੀਂਦ ਲੈ ਕੇ ਆਉਂਦੀਆਂ ਨੇ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਨਸ਼ੇ ਦੀਆਂ ਦਵਾਈਆਂ ਹੁੰਦੀਆਂ ਨੇ। ਸੋ ਇਹ ਕਹਿ ਕੇ ਦਵਾਈ ਨਹੀਂ ਬੰਦ ਕਰਨੀ ਕਿ ਇਹ ਨਸ਼ੇ ਦੀ ਦਵਾਈਆਂ ਨੇ ਤੇ ਆਪਾਂ ਦਵਾਈ ਨਹੀਂ ਖਾਣੀ। ਹੌਲੀ ਹੌਲੀ ਜਦੋਂ ਮਰੀਜ਼ ਦੇ ਸਿੰਪਟਮ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ, ਅਸੀਂ ਦਵਾਈਆਂ ਘਟਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਔਰ ਮਰੀਜ਼ ਅੰਦਰੋਂ ਦੀ ਠੀਕ ਹੋਣਾ ਸ਼ੁਰੂ ਹੋ ਜਾਂਦਾ। ਡਾਕਟਰ ਵਾਨੀ, ਆਪ ਕੁਛ ਹਾਂਜੀ, ਇੱਕ ਬਿਮਾਰੀ ਹੁੰਦੀ ਹੈ ਬਾਈਪੋਲਰ ਡਿਸਆਰਡਰ ਦੇ ਨਾਮ ਦੀ, ਉਹ ਦੇਖੀ ਜਾਂਦੀ ਹੈ ਜਿਵੇਂ ਲੰਬੀ ਬਿਮਾਰੀ ਹੁੰਦੀ ਹੈ ਉਹ ਵੀ, ਅਤੇ ਉਹ ਮੌਸਮ ਬਦਲਣ ਨਾਲ ਆਉਂਦੀ ਹੈ ਜ਼ਿਆਦਾ। ਜਦੋਂ ਮੌਸਮ ਬਦਲਦਾ ਉਦੋਂ ਉਦਾਸੀ ਆਉਂਦੀ ਹੈ ਜਾਂ ਤੇਜ਼ੀ ਆਉਂਦੀ ਹੈ, ਉਹਦੀ ਦਵਾਈਆਂ ਵੀ ਲੰਬੀਆਂ ਚੱਲਦੀਆਂ ਅਤੇ ਮਰੀਜ਼ ਨੂੰ ਇਹ ਕਿਹਾ ਜਾਂਦਾ ਹੈ ਕਿ ਵਿੱਚ ਬੰਦ ਨਹੀਂ ਕਰਨੀ ਦਵਾਈ, ਇੱਕ ਅੱਧੀ ਗੋਲੀ ਅਸੀਂ ਘਟਾ ਕੇ ਇੱਦਾਂ ਕਰ ਸਕਦੇ ਹਾਂ ਕਿ ਇੱਕ ਗੋਲੀ ਲੰਬੀ ਚੱਲੇ, ਉਮਰ ਭਰ ਵੀ ਲੈਣੀ ਪੈ ਸਕਦੀ ਹੈ। ਪਰ ਜਿਵੇਂ ਕਿਸੇ ਅਗਰ ਕਿਸੇ ਨੂੰ ਸਾਈਡ ਇਫੈਕਟ ਨਹੀਂ ਆ ਰਹੇ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਲੰਬੀ ਚੱਲੇ। ਤੁਸੀਂ ਦਵਾਈ ਬੰਦ ਕਰ ਦਿਓਗੇ ਫਿਰ ਜਿਵੇਂ ਮੈਮ ਨੇ ਦੱਸਿਆ ਕਿ ਬਿਮਾਰੀ ਉੱਥੇ ਹੀ ਆ ਜਾਏਗੀ ਦੁਬਾਰਾ। ਅਸੀਂ ਕੰਟਰੋਲ ਕਰਨ ਲਈ ਬਿਮਾਰੀ ਲੰਬੀ ਦਵਾਈ ਚਲਾਉਂਦੇ ਹਾਂ, ਇਸ ਲਈ ਸਾਰਿਆਂ ਨੂੰ ਇਹ ਪੈਂਦੀ ਹੈ ਜਿਹੜੇ ਮਰੀਜ਼ ਹੈਗੇ, ਜਿਹੜੇ ਮਰੀਜ਼ਾਂ ਦੇ ਨਾਲ ਕਰਦੇ ਆਉਂਦੇ ਹੈ ਕਿ ਉਹਨਾਂ ਦੀ ਦਵਾਈ ਦਾ ਧਿਆਨ ਰੱਖਣ ਅਤੇ ਉਹਨਾਂ ਨੂੰ ਰੈਗੂਲਰ ਦਵਾਈ ਦੇਣ, ਵਿੱਚ ਬੰਦ ਨਾ ਕਰਨ ਦਵਾਈ। ਕੋਈ ਦਿੱਕਤ ਆਉਂਦੀ ਹੈ ਤਾਂ ਇੱਥੇ ਆ ਕੇ ਅਸੀਂ ਘਟਾ ਸਕਦੇ ਹਾਂ ਦਵਾਈ, ਪਰ ਆਪਣੇ ਆਪ ਬੰਦ ਨਹੀਂ ਕਰਨੀ ਕੋਈ ਦਵਾਈ। ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗੀ ਕਿ ਜਿਹੜੇ ਸਾਡੇ ਮਰੀਜ਼ ਨੇ ਕਾਫੀ ਮਾਤਰਾ ਦੇ ਵਿੱਚ ਇੱਥੇ ਮੰਦਬੁੱਧੀ ਬੱਚੇ ਆਉਂਦੇ ਨੇ, ਜਿਹੜੇ ਮੰਦਬੁੱਧੀ ਬੱਚੇ ਨੇ ਉਹਨਾਂ ਦੇ ਵਿੱਚ ਜ਼ਰੂਰੀ ਇਸ ਤਰ੍ਹਾਂ ਦੇ ਲੱਛਣ ਆਉਂਦੇ ਨੇ ਕਿ ਉਹ ਥੋੜਾ ਗੁੱਸਾ ਕਰ ਰਹੇ ਨੇ ਜਾਂ ਟਿਕ ਕੇ ਨਹੀਂ ਬੈਠ ਰਹੇ ਜਾਂ ਗੱਲ ਨਹੀਂ ਸੁਣ ਰਹੇ ਜਾਂ ਫਿਰ ਉਹਨਾਂ ਨੂੰ ਮਿਰਗੀ ਦੇ ਦੌਰੇ ਪੈ ਰਹੇ ਨੇ। ਜਦੋਂ ਅਸੀਂ ਉਹਨਾਂ ਨੂੰ ਦਵਾਈ ਦੇ ਦਿੰਦੇ ਹਾਂ ਉਹ ਸ਼ਾਂਤ ਹੋ ਜਾਂਦੇ ਨੇ, ਗੁੱਸਾ ਕਰਨਾ ਘੱਟ ਜਾਂਦੇ ਨੇ, ਮਿਰਗੀ ਦੇ ਦੌਰੇ ਕੰਟਰੋਲ ਹੋ ਜਾਂਦੇ ਨੇ, ਅਸੀਂ ਉਹਨਾਂ ਨੂੰ ਫੰਕਸ਼ਨਲ ਕਰ ਸਕਦੇ ਹਾਂ। ਅਤੇ ਅਸੀਂ ਸਾਰੇ ਘਰਦਿਆਂ ਨੂੰ ਇਹੀ ਰਾਏ ਦਿੰਦੇ ਹਾਂ ਕਿ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਕੰਮ ਵਿੱਚ ਲਗਾਓ। ਦੇਖੋ ਉਹ ਮੰਦਬੁੱਧੀ ਨੇ, ਉਹਨਾਂ ਦਾ ਦਿਮਾਗ ਘੱਟ ਹੈ ਅਤੇ ਉਹ ਪੜ੍ਹਾਈ ਵਿੱਚ ਨਹੀਂ ਚੱਲ ਸਕਦੇ, ਲੇਕਿਨ ਅਗਰ ਤੁਸੀਂ ਉਹਨਾਂ ਨੂੰ ਛੋਟੇ ਛੋਟੇ ਕੰਮ ਸਿਖਾ ਕੇ ਉਹਨਾਂ ਨੂੰ ਆਪਦੇ ਯੋਗਾ ਬਣਾ ਸਕਦੇ ਹੋ ਤਾਂ ਉਹ ਐਟਲੀਸਟ ਉਹ ਸੈਲਫ ਇੰਡੀਪੈਂਡੈਂਟ ਹੋ ਜਾਣਗੇ, ਕੱਲ੍ਹ ਨੂੰ ਘਰਦਿਆਂ ਦੇ ਬਰਡਨ ਨਹੀਂ ਹੋਣਗੇ। ਤਾਂ ਜਿਵੇਂ ਕਾਰਪੈਂਟਰੀ ਦਾ ਕੰਮ, ਲੱਕੜੀ ਦਾ ਕੰਮ, ਜਾਂ ਕੁੜੀਆਂ ਨੂੰ ਤੁਸੀਂ ਕਿਚਨ ਦਾ ਕੰਮ, ਪਾਰਲਰ ਦਾ ਕੰਮ, ਸਿਲਾਈ ਦਾ ਕੰਮ,
ਇਹ ਸਿਖਾ ਕੇ ਉਹਨਾਂ ਨੂੰ ਸੈਲਫ ਇੰਡੀਪੈਂਡੈਂਟ ਬਣਾਉਣਾ। ਇਸ ਕਰਕੇ ਜਿਹੜੇ ਮੰਦਬੁੱਧੀ ਬੱਚੇ ਨੇ, ਜੇ ਉਹਨਾਂ ਦਾ ਦਿਮਾਗ ਨੋਰਮਲ ਨਾਲੋਂ ਥੋੜਾ ਜਿਹਾ ਘੱਟ ਹੈ, ਉਹਨਾਂ ਨੂੰ ਟ੍ਰੇਨ ਕੀਤਾ ਜਾ ਸਕਦਾ ਹੈ ਪ੍ਰੋਪਰ ਦਵਾਈਆਂ ਦੇ ਨਾਲ। ਅਸੀਂ ਉਹਨਾਂ ਨੂੰ ਕੰਟਰੋਲ ਕਰਕੇ ਟ੍ਰੇਨਿੰਗ ਦੇ ਕੇ ਅਸੀਂ ਉਹਨਾਂ ਨੂੰ ਇੱਕ ਫੰਕਸ਼ਨਲ ਘਰ ਦਾ ਇੱਕ ਮੈਂਬਰ ਬਣਾ ਸਕਦੇ। ਠੀਕ ਹੈ, ਥੈਂਕ ਯੂ। ਸਾਰੇ ਜਣੇ ਕਲੈਪਿੰਗ ਕੀਤੀ, ਇੱਕ ਭੈਣ ਬਾਅਦ ਚ ਤਾੜੀ ਨਾ ਮਾਰਿਆ। ਇਹ ਡਾਕਟਰ ਮਨਤਾ ਸਿੰਘਲਾ ਭੈਣ ਜੀ ਨੇ ਜਿਹੜੀਆਂ ਚਾਰ ਗੱਲਾਂ ਦੱਸੀਆਂ ਬਹੁਤ ਜ਼ਰੂਰੀ ਆ, ਜਿਨ੍ਹਾਂ ਨੂੰ ਬੱਚਿਆਂ ਨੂੰ ਦੌਰੇ ਪੈਂਦੇ ਆ, ਮੰਦ ਬੁੱਧੀ ਆ ਜਾਂ ਕੋਈ ਹੋਰ ਸਮੱਸਿਆ, ਉਹਨਾਂ ਨੂੰ ਦਵਾਈਆਂ ਦੇ ਨਾਲ ਨਾਲ, ਜਿਵੇਂ ਅਸੀਂ ਅੱਗੇ ਵੀ ਅਕਸਰ ਗੱਲ ਕਰਦੇ ਹਾਂ ਵੀ ਮਾਹੌਲ ਬਦਲਣ ਦੀ ਵੀ ਲੋੜ ਆ। ਉਹਨਾਂ ਨੂੰ ਥੋੜਾ ਬਿਜ਼ੀ ਕਰੋ, ਕਿਸੇ ਕੰਮ ਤੇ ਲਾਓ, ਕਿਸੇ ਕੱਪੜਿਆਂ ਦੀ ਦੁਕਾਨ ਤੇ ਲਾ ਦਿਓ, ਕੋਈ ਛੋਟਾ ਮੋਟਾ ਕੰਮ ਸਿਖਾ ਦਿਓ, ਉਹਨਾਂ 'ਚ ਸਕਿੱਲ ਹੋਵੇ ਜਿਹੜਾ ਉਹ ਵੱਡੇ ਹੋ ਕੇ ਕੋਈ ਕੰਮ ਕਰ ਸਕਣ। ਜਿਵੇਂ ਭੈਣਾਂ ਵਾ, ਉਹਨਾਂ ਨੂੰ ਸਟਿਚਿੰਗ ਦਾ ਕੰਮ ਸਿਖਾ ਸਕਦੇ ਆ, ਸਿਲਾਈ ਕਢਾਈ ਦਾ। ਉਹਨਾਂ ਤੇ ਬਾਰਡਨ ਨਾ ਪਾਓ ਵੀ ਉਹ ਪੜ੍ਹਨ, ਉਹਨਾਂ ਨੂੰ ਧੱਕੇ ਨਾਲ ਸਕੂਲੇ ਭੇਜੋ, ਫਿਰ ਆਪਾਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਪੜ੍ਹਾਈ ਨਾ ਆਵੇ ਫਿਰ ਆਪਾਂ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਮਾੜਾ ਬੋਲੀਏ ਵੀ ਇਹਦਾ ਸਿਧਰੀ ਜਾਣ ਤਾਂ ਪਤਾ ਨੀ ਲੱਗਦਾ। ਨਹੀਂ, ਉਹ ਵੀ ਇੱਕ ਜਿਉਣ ਦੀ ਹੱਕਦਾਰ, ਉਹ ਵੀ ਇੱਕ ਜਿਉਣ ਦਾ ਹੱਕਦਾਰ ਆ ਬੱਚਾ, ਜਿਹਦੇ ਕੋਈ ਨਾ ਕੋਈ ਸਮੱਸਿਆ ਦਿਮਾਗ ਦੇ ਵਿੱਚ ਹੈ, ਪਰ ਉਹਨੂੰ ਮਾਂ ਬਾਪ ਨੇ, ਭੈਣ ਭਰਾਵਾਂ ਨੇ ਕਿੱਦਾਂ ਸੰਭਾਲਣਾ, ਕਿੱਦਾਂ ਉਹਦੇ ਨਾਲ ਵਿਚਰਨਾ, ਇਹ ਸਾਨੂੰ ਸਿੱਖਣਾ ਪੈਣਾ। ਇਹੀ ਗੱਲ ਡਾਕਟਰ ਸਾਹਿਬ ਨੇ ਦੱਸੀ ਆ ਵੀ ਦਵਾਈਆਂ ਬੰਦ ਨਹੀਂ ਕਰਨੀਆਂ, ਦਵਾਈਆਂ ਘਟਾਈਆਂ ਵਧਾਈਆਂ ਜਾ ਸਕਦੀਆਂ, ਬੰਦ ਨਹੀਂ ਕਰਨੀਆਂ। ਜੇ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਸਾਡੇ ਨਾਲ ਆ ਕੇ ਗੱਲ ਕਰੋ, ਆਪਾਂ ਉਹਦਾ ਕੋਈ ਹੋਰ ਹੱਲ ਕਰਾਂਗੇ। ਡਾਕਟਰ ਦਵਾਈਆਂ ਚੇਂਜ ਕਰਨਗੇ, ਪਰ ਦਵਾਈ ਬੰਦ ਨਾ ਕਰਿਓ। ਦਵਾਈ ਇਹ ਵੀ ਨਹੀਂ ਹੈਗੀ ਵੀ ਜ਼ਿੰਦਗੀ ਭਰ ਬੰਦ ਹੀ ਨਹੀਂ ਹੋਣੀ। ਸਾਡੇ ਕੋਲ ਬਹੁਤ ਸਾਰੇ ਮਰੀਜ਼ ਆ ਜਿਨ੍ਹਾਂ ਦੀ ਦਵਾਈਆਂ ਬਿਲਕੁਲ ਠੀਕ ਹੋ ਗਏ ਨੇ ਤੇ ਬੰਦ ਵੀ ਹੋ ਗਈਆਂ ਵਾ, ਪਰ ਟਾਈਮ ਲੱਗਦਾ, ਡਾਕਟਰ ਦੀ ਰਾਏ ਤੋਂ ਬਿਨਾਂ ਨਹੀਂ ਕਰ ਸਕਦੇ, ਆਪ ਡਿਸੀਜਨ ਨਹੀਂ ਲੈਣਾ। ਇਹ ਸਾਡੀ ਬੇਨਤੀ ਆ। ਜੇ ਕਿਸੇ ਦੇ ਮਨ ਚ ਕੋਈ ਸਵਾਲ ਹੁੰਦਾ, ਅਸੀਂ ਸੁਝਾਅ ਬਾਕਸ ਲਾਏ ਹੋਏ ਨੇ, ਇੱਥੇ ਵੀ ਲੱਗਿਆ ਹੋਇਆ ਇੱਕ ਬਾਕਸ, ਇੱਕ ਉੱਥੇ ਲੱਗਿਆ, ਉਹਦੇ ਵਿੱਚ ਆਪਾਂ ਲਿਖ ਕੇ ਸੁਝਾਅ ਪਾ ਸਕਦੇ ਹਾਂ। ਕਿਸੇ ਨੂੰ ਸ਼ਿਕਾਇਤ ਆ, ਸਾਡੇ ਇਸ ਕੈਂਪ ਚ ਕੋਈ ਪਰੇਸ਼ਾਨੀ ਆ, ਦਿੱਕਤ ਆ ਜਾਂ ਕੋਈ ਕਮੀ ਆ, ਉਹ ਵੀ ਤੁਸੀਂ ਉਹ ਬਾਕਸ ਦੇ ਵਿੱਚ ਲਿਖ ਕੇ ਪਾ ਸਕਦੇ ਹੋ ਤਾਂ ਜੋ ਅਸੀਂ ਸੁਧਾਰ ਕਰੀਏ ਆਪਣੇ ਆਪ ਚ। ਤੇ ਬਾਕੀ ਜਿਹੜੀਆਂ ਪੁਰਾਣੀਆਂ ਦਵਾਈਆਂ ਵਾ ਸੰਗਤ ਕੋਲੇ ਬਚ ਜਾਂਦੀਆਂ, ਉਹ ਵੀ ਬਾਕਸ ਲੱਗੇ ਨੇ ਅਲੱਗ ਤੋਂ, ਉਹਨਾਂ ਦੇ ਵਿੱਚ ਦਵਾਈਆਂ ਪਾ ਜਾ ਕਰੋ ਤਾਂ ਜੋ ਕਿਸੇ ਹੋਰ ਦੇ ਕੰਮ ਆ ਸਕਣ। ਤੇ ਜਿਹੜੇ ਮੇਰੇ ਭੈਣ ਭਰਾ ਨੇ ਸਰ ਦੇ ਪੁੱਜਦੇ ਨੇ, ਜਿਨ੍ਹਾਂ ਦੇ ਕੋਲੇ ਮਹਾਰਾਜ ਨੇ ਬਹੁਤ ਦਿੱਤਾ ਹੋਇਆ, ਪਰ ਇਹ ਲੰਗਰ ਤਾਂ ਸਾਰਿਆਂ ਲਈ ਸਾਂਝਾ, ਦਵਾਈਆਂ ਸਾਰਿਆਂ ਲਈ ਲੰਗਰ ਦੇ ਰੂਪ ਚ ਵਰਤਦੀਆਂ, ਉਹ ਕਿਸੇ ਅਮੀਰ ਗਰੀਬ ਨੂੰ ਨਹੀਂ ਦੇਖਦੀਆਂ। ਪਰ ਤੁਸੀਂ ਆਪਣਾ ਸਮਾਂ ਦਾਨ ਕਰ ਸਕਦੇ ਹੋ, ਤੁਸੀਂ ਸਾਡੇ ਨਾਲ ਇੱਕ ਦਿਨ ਪਹਿਲਾਂ ਆ ਕੇ ਵਲੰਟੀਅਰ ਲਈ ਸੇਵਾ ਕਰਾ ਸਕਦੇ ਹੋ। ਜਿਹੜੇ ਮੇਰੇ ਵੀਰ ਠੀਕ ਹੋ ਗਏ, ਭੈਣਾਂ ਠੀਕ ਹੋ ਗਈਆਂ, ਉਹ ਸਾਡੇ ਨਾਲ ਆ ਕੇ ਇਸ ਸੇਵਾ ਦੇ ਕਾਰਜ ਚ ਹਿੱਸਾ ਪਾ ਸਕਦੇ। ਸਾਡੇ ਡਾਕਟਰ ਇਹ ਸਾਡੇ ਡਾਕਟਰ ਨੇ, ਡਾਕਟਰ ਤੁਸ਼ਾਰ ਅਗਰਵਾਲ ਜੀ, ਯੰਗ ਡਾਕਟਰ ਨੇ, ਨੌਜਵਾਨ, ਸਾਡੇ ਸੁਪਨਿਆਂ ਦੇ ਘਰ ਵਿੱਚ ਅੰਦਰ ਅਸੀਂ ਇੱਕ ਹਸਪੀਟਲ ਬਣਾਇਆ, ਉਹਦੇ ਵਿੱਚ ਇਹ ਡਾਕਟਰ MD ਮੈਡੀਸਨ ਨੇ, ਸਾਰੇ ਹਸਪੀਟਲ ਨੂੰ ਇਹ ਰਨ ਕਰਦੇ ਨੇ, ਇਹੀ ਚਲਾਉਂਦੇ ਨੇ। ਇਹਨਾਂ ਲਈ ਵੀ ਅਰਦਾਸ ਕਰਿਓ, ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸੁਪਨਿਆਂ ਦੇ ਘਰ ਦਾ ਇੱਕ ਦਿਨ ਵੱਡਾ ਹਸਪੀਟਲ ਬਣ ਸਕੇ, ਜਿੱਥੇ ਇੱਕ ਵੀ ਰੁਪਈਏ ਦੀ ਬਿੱਲ
ਜਾਂ ਪਰਚੀ ਨਾ ਕੱਟੀ ਜਾਵੇ ਕਿਸੇ। ਅੱਜ ਵੀ ਸਾਨੂੰ 7 ਸਾਲ ਹੋ ਗਿਆ ਦਵਾਈਆਂ ਦੇ ਲੰਗਰ ਤੋਂ ਸ਼ੁਰੂ ਹੋ ਕੇ, ਹੁਣ 60 ਬੈੱਡ ਦਾ ਹਸਪੀਟਲ ਵੀ ਬਣ ਗਿਆ ਅੰਦਰ। ਪਿਛਲੇ 3 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹਸਪੀਟਲ, ਪਿਛਲੇ 1 ਸਾਲ ਤੋਂ ਡਾਕਟਰ ਸਾਹਿਬ ਸਾਡੇ ਨਾਲ ਨੇ, ਨਰਸਿੰਗ ਸਟਾਫ, ਛੋਟੇ ਡਾਕਟਰ ਨੇ 5। ਵਾਹਿਗੁਰੂ ਜੀ ਦੀ ਬਹੁਤ ਕਿਰਪਾ, ਸੰਗਤ ਹੀ ਦਵਾਈਆਂ ਭੇਜਦੀ ਆ, ਮਸ਼ੀਨਰੀ, ਡਾਕਟਰ, ਬੈੱਡ, ਹਰ ਇੱਕ ਚੀਜ਼। ਪਰ ਅਸੀਂ ਅੱਜ ਤੱਕ 1 ਵੀ ਰੁਪਈਆ ਕਿਸੇ ਤੋਂ ਚਾਰਜ ਨਹੀਂ ਕੀਤਾ। ਜਿੰਨੀ ਕੁ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਇਸ ਤਰ੍ਹਾਂ ਦੇ ਰੱਬ ਵਰਗੇ ਡਾਕਟਰ ਸਾਡੇ, ਜਿਹੜੇ ਅੱਜ ਦੇ ਯੁੱਗ ਵਿੱਚ ਜਿਨ੍ਹਾਂ ਨੂੰ 4-4, 5-5 ਲੱਖ ਰੁਪਏ ਤਨਖਾਹ ਮਿਲਦੀ ਆ, ਪਰ ਸਿਰਫ ਸੇਵਾ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ। ਅੱਜ ਲੋੜ ਆ ਸਾਡੇ ਸਮਾਜ ਨੂੰ ਇਸ ਤਰ੍ਹਾਂ ਦੇ ਡਾਕਟਰਾਂ ਦੀ, ਜਿਹੜੇ ਆਪਣੇ ਸਮਾਜਿਕ ਫਰਜ਼ ਨੂੰ ਪਛਾਣਦੇ ਆ, ਜਿਹੜੇ ਉਸ ਰੱਬ ਦਾ ਦਰਜਾ ਦੇਣਾ ਡਾਕਟਰ ਨੂੰ, ਜਿਹੜਾ ਲੋਕਾਂ ਨੇ ਰੱਬ ਕਹਿੰਦੇ ਸੀ ਡਾਕਟਰ ਨੂੰ, ਉਹ ਫਰਜ਼ ਅੱਜ ਵੀ ਨਿਭਾ ਰਹੇ। ਪਲੀਜ਼ ਸਾਰੇ ਜਣੇ ਜ਼ਰੂਰ ਡਾਕਟਰ ਤੁਸ਼ਾਰ ਲਈ 1 ਵਾਰੀ ਤਾੜੀਆਂ ਜ਼ਰੂਰ ਮਾਰੋ ਜੀ ਸਾਰੇ ਜਣੇ। ਬਹੁਤ ਬਹੁਤ ਸ਼ੁਕਰੀਆ, ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਨ, ਸਾਨੂੰ ਮਹਾਰਾਜ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ। 1-2 ਮਹੀਨਿਆਂ ਚ ਸਾਹਮਣੇ ਜਿਹੜੀ ਕੰਧ ਕੀਤੀ, ਆਪਾਂ ਇਹਦੇ ਪਿਛਲੇ ਪਾਸੇ ਹਸਪੀਟਲ ਦੀ ਬਿਲਡਿੰਗ ਬਣਾਉਣ ਲੱਗੇ ਆ, ਵੱਡਾ ਹਸਪਤਾਲ ਇੱਥੇ ਬਣੂਗਾ, ਜਿੱਥੇ ਕਰੀਬ 200 ਬੈੱਡ ਦਾ ਹਸਪੀਟਲ ਬਣੂਗਾ। ਮਹਾਰਾਜ ਮਿਹਰ ਕਰਨ, ਆਪਣੇ ਆਪ ਸੱਚੇ ਪਾਤਸ਼ਾਹ ਸੇਵਾ ਲਈ ਜਾਂਦੇ, ਅਸੀਂ ਕਰੀ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਥੇ ਲਵਾਉਣਾ ਤੁਹਾਨੂੰ ਸਾਹਿਬ, ਤੁਹਾਡੇ ਨੂੰ ਸਾਡੇ ਵੱਲੋਂ ਇੱਕ ਬੂਟਾ ਅਰਪਣ ਕੀਤਾ ਜਾ ਰਿਹਾ, ਇੱਥੇ ਲਾਵਾਂਗੇ ਆਪਾਂ ਸਹੀ ਥਾਂ ਤੇ ਕਿਤੇ, ਜਿਹੜਾ ਤੁਸੀਂ ਆਪ ਉਹਦੀ ਕੇਅਰ ਕਰਨੀ ਹੈ, ਟੀਕਾ ਟੂਕਾ ਤੁਸੀਂ ਲਾਇਆ ਕਰਨਾ, ਠੀਕ ਹੈ ਜੀ, ਪਾਣੀ ਦਾ, ਠੀਕ ਹੈ। ਇਹ ਰੱਖੋ, ਮਾਲੀ ਨੂੰ ਫੜਾਓ, ਡਾਕਟਰ ਸਾਹਿਬ ਤੋਂ ਲਵਾਉਣਾ, ਹਾਂਜੀ ਸਮਾਪਤ ਕਰ ਦਿਓ।